ਕਾ ਤੇਰੇ ਉੱਤੇ ਘੁੰਮ ਕੇ ਜਵਾਨੀਆਂ ਮੁਖੜਾ ਮਾਸੂਮ ਨੀਲਾ ਨੈਣਾ ਜੀ ਸ਼ਤਾਨੀਆਂ ਚੜ ਗਈਆਂ ਤੇਰੇ ਉੱਤੇ ਘੁੰਮ ਕੇ ਜਵਾਨੀਆਂ ਮੁਖੜਾ ਮਾਸੂਮ ਨੀਲਾ ਨੈਣਾ ਜੀ ਸ਼ਤਾਨੀਆਂ ਨੈਣਾ ਵਾਲੀ ਦੇਖੀ ਤਲਵਾਰ ਗੋਰੀਏ ਲੰਘ ਗਈ ਕਲੇ ਚ ਵਿੱਚੋਂ ਪਾਰ ਗੋਰੀਏ ਨੈਣਾ ਵਾਲੀ ਦੇਖੀ ਤਲਵਾਰ ਗੋਰੀਏ ਲੰਘ ਗਈ ਕਲੇ ਚ ਵਿੱਚੋਂ ਪਾਰ ਗੋਰੀਏ ਹੁਣ ਸਾਡੇ ਸੀਨੇ ਵਿੱਚ ਕਾਰ ਗੋਰੀਏ ਹੁਣ ਸਾਡੇ ਸੀਨੇ ਵਿੱਚ ਕਾਰ ਗੋਰੀਏ ਦੀਵਾ ਸੱਜਰੇ ਇਸ਼ਕ ਦਾ ਬਲਦਾ ਨੀਲੇ ਅੰਬਰਾਂ ਦੇ ਪੀਂਘ ਪਈ ਨੀਲੇ ਅੰਬਰਾਂ ਦੇ ਪੀਂਘ ਪਈ ਇਸ਼ਕੇ ਦੇ ਰੰਗ ਵਿੱਚ ਰੰਗ ਲਈਆਂ ਅੱਖੀਆਂ ਹੋ ਗਿਆ ਕੀ ਲਾਡੋ ਤੈਨੂੰ ਪੁੱਛਦੀਆਂ ਸਖੀਆਂ ਇਸ਼ਕੇ ਦੇ ਰੰਗ ਵਿੱਚ ਰੰਗ ਲਈਆਂ ਅੱਖੀਆਂ Distinguished guests and my dear students, let us relish the success of our NCC camp and Founders Day of Maharishi Markandeshwar University. Thank you.
ਤੁਹਾਡਾ ਗਾਇਆ ਰਾਜਦੀਪ ਅੱਜ ਤਾਂ ਮਜ਼ੇ ਹੀ ਆ ਗਏ ਮਿਸਟਰ ਦੀਪ ਹਾਂ ਤੁਸੀਂ ਚਲੋ ਮੈਂ ਮੇਰਾ ਨਾਮ ਸੁਦੇਸ਼ ਸ਼ੁਕਲਾ ਹੈ ਪਿਆਰ ਨਾਲ ਲੋਕ ਮੈਨੂੰ ਸ਼ੁਕੀਨ ਸ਼ੁਕਲਾ ਕਹਿੰਦੇ ਨੇ ਮੈਂ ਮਲੋਡੀ ਮੇਕਰਸ ਮਿਊਜ਼ਿਕ ਕੰਪਨੀ ਦਾ ਐਮ ਡੀ ਹਾਂ ਮੇਰੀ ਬੇਟੀ ਰਿੰਪਲ ਤੁਹਾਡੇ ਨਾਲ ਪੜ੍ਹਦੀ ਹੈ ਜੀ ਤੁਸੀਂ ਰਿੰਪਲ ਦੇ ਡੈਡ ਹੋ ਬਹੁਤ ਨਾਈਸ ਕੁੜੀ ਹੈ ਜੀ ਯੈਸ ਯੈਸ ਥੈਂਕ ਯੂ ਰਿੰਪਲ ਅਕਸਰ ਤੁਹਾਡੀ ਆਵਾਜ਼ ਦੀ ਤਾਰੀਫ ਕਰਦੀ ਰਹਿੰਦੀ ਹੈ ਲੇਕਿਨ ਅੱਜ ਆਪਣੀ ਕੰਨੀ ਸੁਣ ਕੇ ਮੈਨੂੰ ਮਹਿਸੂਸ ਹੋ ਰਿਹਾ ਕਿ ਕੁਛ ਗਲਤ ਨਹੀਂ ਕਹਿੰਦੀ ਸੀ ਥੈਂਕ ਯੂ ਜੀ ਕਦੇ ਸੁਪਨਾ ਵੇਖਿਆ ਪੰਜਾਬ ਦੇ ਇੱਕ ਬਹੁਤ ਵੱਡੇ ਗਾਇਕ ਬਣਨ ਦਾ ਜੀ ਗਾਇਕ ਬਣਨ ਦਾ ਸੁਪਨਾ ਤੇ ਮੈਂ ਬਚਪਨ ਤੋਂ ਹੀ ਵੇਖਦਾ ਆ ਰਿਹਾ ਜੀ ਲੇਕਿਨ ਕਹਿੰਦੇ ਨੇ ਨਾ ਗਾਇਕੀ ਦੇ ਘਰ ਬੜੀ ਦੂਰ ਨੇ ਆਪ ਦੇ ਪੈਸੇ ਨਾਲ ਰਿਕਾਰਡਿੰਗ ਕਰੋ ਪਬਲਿਸਿਟੀ ਕਰੋ ਇਹ ਸਭ ਤੂੰ ਮੇਰੇ ਉੱਤੇ ਛੱਡ ਦੇ ਸੁਦੇਸ਼ ਸ਼ੁਕਲਾ ਨੇ ਜਿਸ ਵੀ ਨਵੇਂ ਸਿੰਗਰ ਦੇ ਸਿਰ ਤੇ ਹੱਥ ਰੱਖਿਆ ਉਹਨੂੰ ਅਸਮਾਨ ਦੀ ਬੁਲੰਦੀਆਂ ਤੇ ਚੜਾ ਦਿੱਤਾ ਤੇਰੇ ਗਲੇ 'ਚ ਸੁਰ ਹੈ ਤੇ ਹੀਰੇ ਦੀ ਪਹਿਚਾਣ ਕਰਨੀ ਮੈਨੂੰ ਬਹੁਤ ਚੰਗੀ ਤਰ੍ਹਾਂ ਇਹ ਮੇਰਾ ਕਾਰਡ ਜਦ ਮਰਜ਼ੀ ਆ ਕੇ ਕੰਟਰੈਕਟ ਸੈਂਡ ਕਰ ਲੈ ਥੈਂਕ ਯੂ ਸੋ ਮਚ ਸਰ ਹਾਏ ਰਾਜਦੀਪ ਹਾਏ ਐਂਡ ਆਰ ਯੂਜੁਅਲ ਯੂ ਲੁਕਿੰਗ ਲਵਲੀ ਥੈਂਕ ਯੂ ਰਿੰਪਲ ਮੇਰੇ ਡੈਡੀ ਨੂੰ ਮਿਲੇ ਜੀ ਹਾਂ ਬੇਟੇ ਮਿਲੇ ਤੇ ਗੱਲਬਾਤ ਵੀ ਹੋ ਗਈ ਫਿਰ ਡੈਡੀ ਕਦੋਂ ਕਰ ਰਿਹਾ ਰਿਕਾਰਡਿੰਗ ਅਸੀਂ ਰਾਜਦੀਪ ਦੀ ਪਹਿਲੀ ਕੈਸਟ ਦੀ ਬਹੁਤ ਜਲਦ ਬੇਟੇ ਬਹੁਤ ਜਲਦ ਮਿਸਟਰ ਰਾਜਦੀਪ ਅਗਰ ਪ੍ਰੋਫੈਸ਼ਨਲ ਸਿੰਗਰ ਬਣਨਾ ਚਾਹੁੰਦੇ ਹੋ ਨਾ ਅੱਜ ਤੋਂ ਰਿਆਜ਼ ਸ਼ੁਰੂ ਕਰ ਦਿਓ ਜੀ ਐਂਡ ਮੀਟ ਮੀ ਇਨ ਮਾਈ ਆਫਿਸ ਡੈਫੀਨੇਟਲੀ ਸਰ ਓਕੇ ਗੁੱਡ ਲੱਕ ਥੈਂਕ ਯੂ ਸਰ ਚਲੀ ਬੇਟੇ ਓਕੇ ਰਾਜਦੀਪ ਵੱਡਾ ਸਿੰਗਰ ਬਣ ਕੇ ਮੈਨੂੰ ਭੁੱਲਣਾ ਚਾਹੀਂ ਕਿਹੋ ਜਿਹੀ ਗੱਲ ਕਰੀ ਨਹੀਂ ਤੇਰਾ ਅਹਿਸਾਨ ਤੇ ਮੈਂ ਜ਼ਿੰਦਗੀ ਪੜ੍ਹ ਨਹੀਂ ਭੁੱਲਣਾ ਤੈਨੂੰ ਪਤਾ ਨਹੀਂ ਤੂੰ ਮੇਰੀ ਕਿੰਨੀ ਵੱਡੀ ਮਦਦ ਕੀਤੀ ਹੈ ਇਹ ਅਹਿਸਾਨ ਪਰਸੋਂ ਤੂੰ ਮੇਰੀ ਬਰਥਡੇ ਪਾਰਟੀ ਤੇ ਆ ਕੇ ਚੁਕਾ ਦੀ ਐਂਡ ਨੋ ਬਹਾਨੇਬਾਜ਼ੀ ਨੋ ਐਕਸਕਿਊਜ਼ਸ ਯੂ ਹੈਵ ਟੂ ਕਮ ਆਈ ਵਿਲ ਡੈਫੀਨਿਟਲੀ ਕਮ ਬਾਏ ਬਾਏ ਟੇਕ ਕੇਅਰ ਚਲੋ ਡੈਡੀ ਕੀ ਗੱਲ ਹੈ ਇੱਥੇ ਇਕੱਲੀ ਬੈਠੀ ਹੈ ਤੇ ਮੈਂ ਤੈਨੂੰ ਆਡੀਟੋਰੀਅਮ ਵਿੱਚ ਲੱਭੀ ਜਾਂਦਾ ਸੀ ਕੀ ਹੋ ਰਿਹਾ ਸੀ ਇਹ ਰਿੰਪਲ ਬੜਾ ਚੈਕ ਰਹੀ ਸੀ ਅੱਛਾ ਵੇਖ ਲਿਆ ਤੂੰ ਤਾਂ ਹੀ ਮੈਂ ਸੋਚਾਂ ਇਹਦਾ ਰੁਸ ਕੇ ਕਿਉਂ ਬੈਠੀ ਹੈ ਰਿੰਪਲ ਤਾਂ ਬਸ ਇੰਨਾ ਪੁੱਛ ਰਹੀ ਸੀ ਕਿ ਮੇਰੇ ਘਰ ਸੇਰਾ ਬਣ ਕੇ ਕਦੋਂ ਆ ਰਹੇ ਹੋ ਫੇਰ ਕੋਈ ਡੇਟ ਫਿਕਸ ਲੈ ਡੇਟ ਤਾਂ ਤੂੰ ਹੀ ਫਿਕਸ ਕਰੇਂਗੀ ਮੈਂ ਹਮ ਆਪਕੇ ਹੈ ਕੌਣ ਸੋਨਿਓ ਜੇ ਰੱਬ ਮਾਈ ਨਾ ਕਰੇ ਤਾਂ ਤੁਹਾਨੂੰ ਆਪਣਾ ਰੱਬ ਮੰਨ ਲਵਾਂ ਪਲੀਜ਼ ਰੱਬਾ ਇਹਨੂੰ ਮਾਫ ਕਰੀ ਇਹਨੂੰ ਪਤਾ ਨਹੀਂ ਕੀ ਕਹਿ ਰਹੇ ਨੇ ਅੱਛਾ ਗੁਲਾਬ ਤੈਨੂੰ ਖੁਸ਼ਖਬਰੀ ਦਵਾਂ ਕੀ ਰਿੰਪਲ ਦੇ ਡੈਡ ਨਾ ਬਹੁਤ ਹੀ ਛੇਤੀ ਮੇਰੀ ਰਿਕਾਰਡਿੰਗ ਕਰਾਉਣ ਵਾਲੇ ਨੇ ਰੀਅਲੀ ਆਈ ਲਵ ਯੂ ਰਾਜ ਲਵ ਯੂ ਟੂ ਗੁਲਾਬ ਆਏ ਹਾਏ ਬੜੀਆਂ ਪੱਪੀਆਂ ਜਫੀਆਂ ਹੋ ਰਹੀਆਂ ਨੇ ਤੁਸੀਂ ਦੋਨੋਂ ਨਹੀਂ ਸੁਧਰ ਸਕਦੇ ਪ੍ਰੀਤੀ ਤੈਨੂੰ ਪਤਾ ਹੈ ਇੱਕ ਬਹੁਤ ਵੱਡੀ ਮਿਊਜ਼ਿਕ ਕੰਪਨੀ ਨੇ ਰਾਜ ਦੀ ਪਹਿਲੀ ਕੈਸਟ ਦੀ ਰਿਕਾਰਡਿੰਗ ਲਈ ਹਾਂ ਕਰ ਦਿੱਤੀ ਹੈ ਅੱਛਾ ਕੰਗ੍ਰੈਚੁਲੇਸ਼ਨ ਇਹ ਹੱਥਾਂ ਨੇ ਗਲੇ ਮਿਲ ਕੇ ਵਧਾਈ ਦੇਣ ਦਾ ਟਾਈਮ ਹੈ ਹਾਏ ਠੰਡ ਪੈ ਗਈ ਅੱਜ ਪਤਾ ਲੱਗਿਆ ਮੈਨੂੰ ਤੂੰ ਕਿਉਂ ਸਾਰਾ ਦਿਨ ਬਾਂਦਰੀ ਦੇ ਬੱਚੇ ਵਾਂਗ ਇੰਨਾ ਚਿੰਬੜੀ ਰਹਿੰਦੀ ਚੱਲ ਪਰੇ ਹਟ ਬੜੀਆਂ ਹੋ ਗਈਆਂ ਵਧਾਈਆਂ ਨਾਲੇ ਆਪਣੇ ਉਸ ਪਾਵੇ ਜੀ ਨੂੰ ਪਾਣਾ ਜੱਫੀ ਜਿਹੜਾ ਤੇਰੇ ਵਾਸਤੇ ਸੋਨੇ ਦੀ ਅੰਗੂਠੀ ਬਣਾਈ ਕਰਦਾ ਲੈ ਯਾਦ ਕੀਤਾ ਨਹੀਂ ਕਿ ਆ ਗਿਆ ਤੇਰਾ ਪਾਵਾ ਥੈਂਕ ਯੂ ਗੁਲਾਬ ਜੀ ਤੁਸੀਂ ਮੇਰੀ ਸਿਫਾਰਿਸ਼ ਕੀਤੀ ਲਿਆਓ ਪ੍ਰੀਤੀ ਜੀ ਉਂਗਲ ਅੱਗੇ ਕਰੋ ਕਰੀਅਰ ਰਿੰਗ ਸੈਰੇਮਨੀ ਵੇ ਤੂੰ ਪਰੇ ਮਰ ਜਾ ਕੇ ਨਹੀਂ ਜੀ ਮਰਾਂਗਾ ਤਾਂ ਮੈਂ ਤੁਹਾਡੇ ਤੇ ਤੁਸੀਂ ਦੱਸੋ ਮੇਰੇ ਚ ਕਮੀ ਕੀ ਹੈ ਤੇਰੇ ਚ ਕੈਲਸ਼ੀਅਮ ਦੀ ਕਮੀ ਹੈ ਤੇਰੇ ਚ ਕੋਈ ਗੱਲ ਨਹੀਂ ਮੈਂ ਅੱਜ ਹੀ ਕੈਲਸ਼ੀਅਮ ਦੀਆਂ ਗੋਲੀਆਂ ਲੈਣੀਆਂ ਸ਼ੁਰੂ ਕਰ ਦਿੰਦਾ ਹੋਰ ਡਿਮਾਂਡ ਹੈ ਕੋਈ ਰੱਖਣਾ ਯਾਰ ਦੋ ਘੰਟੇ ਤੁਹਾਡੇ ਕੋਲ ਸਿਰਫ ਦੋ ਘੰਟੇ ਨੇ ਮੇਰੀ ਨੌਕਰੀ ਦਾ ਸਵਾਲ ਹੈ ਤੁਹਾਨੂੰ ਤਾਂ ਪਤਾ ਵਾਰਡਨ ਕਿੰਨੀ ਸਖਤ ਪਤਾ ਹੈ ਪਤਾ ਹੈ ਮੈਨੂੰ ਜਾਂ ਛੇਤੀ ਭੇਜ ਜਾਂ ਭੇਜਣਾ
चलो छेदी बै किथे तेरी वार्डन आ गई ना तो पार्टी इथे ही मुक जू पर मैं ड्रेस चेंज करनी है राज ए मैंने किथे लेके आ गए गुलाब तेनु पूर्णमासी दा चन्न विखाई दे रिया ना हां आज उस चन्न दे सामने मैं अपने इस चन्न तो कुछ वादे लेना चाहना की वादे अच्छा मेरे पीछे पीछे बोल मैं इस जान नू हाजिर नाजिर जान के तेनू ये वादा कर दी हूं हुन बोल भी ना मैं इस जान नू हाजिर नाजिर जान के ये वादा करनी हूं कि मैं हर सुख दुख विच हर गमी खुशी विच तेरा साथ दवांगी कि मैं हर सुख दुख विच हर खुशी गमी विच तेरा साथ दवांगी ते मेरा तन मन सिर्फ तेरा है ते हमेशा तेरा ही रहेगा मेरा तन मन सिर्फ तेरा है ते हमेशा तेरा ही रहेगा मैं हमेशा खाना तेनु अपने हाथा नाल खवावांगी मैं हमेशा तेनु खाना अपने हाथा नाल खवावांगी ते मैं कदे तेरे नाल नहीं लड़ांगी ते मैं अच्छा मैं कल खाना बना के बैठी हुआ ते तुसी राती 12 बजे आओ मैं लड़ाई नहीं करांगी ए किवें हो सकता है अच्छा एक गल दस तू मेरे नाल लड़ेंगी किवें तुसी पहला लेट आओ अच्छा मान रात दे 12 बजे ने ते मैं हुने-हुने आ ते मैं आके कहना गुलाब मेनू बहुत भूख लगी है मेरे लिए रोटी ला दे सुनो जी मैं शामी 7 बजे तो भूखड़ पानी खाना बना के बैठी हां तुसी इतना लेट क्यों आए ओ गुलाब रिकॉर्डिंग ना काफी लेट खत्म हुई
स्टूडियो विच लाइट चली गई सी ते ओतो बाद एक दो फ्रेंड्स मिल गए ओ कहंदे एक पैक लाके जायो ओदे कर हां तुसी दारू पी के आयो जाओ मैं नहीं बोलदी सॉरी गुलाब एक बारी वेखता सही गुलाब एक बारी माफ कर दे अच्छा एक गल दस पप्पू ते निक्के किथे ने पप्पू ते निक्की ओ कौन है अपने दो नन्हे मुन्ने बच्चे और कौन आई लव यू गुलाब आई लव यू राज मैंने सुनाई नहीं देता उच्ची बोल आई लव यू राज नहीं गुलाब इन्ना उच्ची बोल के पूरन मासी दा जे चन्न भी सिर हिला के साडे प्यार नु तस्दीक कर दवे राज तुसी नशे विच हो हेठा उतरो मैं कहांगी नहीं गुलाब पहला उच्ची बोल आई लव यू राजदेव मैं कहांगी पर प्लीज तुसी हेठा उतरो गुलाब, I'm sorry, sorry गुलाब। मैं तुम्हें बहुत प्यार करनी है राज। मेरी आप हमें चम दिया जुत्तियां बना के पालवी, पर जिंदगी दिया रहा विच, कदे मैंने कल्ले छाड़ के ना जाए। अच्छा हूँ मैंने माफ भी कर दिया। एग्जाम के हो जाए होया वधिया तो आड़ा मेरा पास हो गया बस ते तेरा प्रीति जी हो जाए पढ़िया सी ओ हो जाए घर आए ले आ गया तेरा पावा जी चंगा पला ठीक ठाक होके आया फिर आ गया प्रीति जी उस इम्तिहान चो चाहे मैं पास होवां जां ना पर तुहाडे प्यार दे इम्तिहान चो मैं जरूर पास होवांगा जी इन्नी मेरी गारंटी है यार छोटू एक गल दस तू प्रीति दी हाइट है 5 फुट 7 इंच ते तेरी है 2 फुट 3 इंच तुहाडे दोवां दी एडजस्टमेंट किवें होऊ समझिया समझ गया वीर जी तुहाडी गल देखो प्रीति जी ब्याह तों बाद थोड़ा बहुत कोऑपरेट तां ਤੁਹਾਨੂੰ ਵੀ ਕਰਨਾ ਪਊਗਾ ਨਾ ਸਮਝ ਗਏ ਨਾ ਇਹ ਤੂੰ ਪਰੇ ਮਰ ਜਾ ਕੇ ਦੇਖੋ ਪ੍ਰੀਤੀ ਜੀ ਚੰਗਾ ਜੇ ਤੇਰੀ ਇਹੀ ਮਰਜ਼ੀ ਹੈ ਨਾ ਤੇ ਇੱਕ ਵਾਰੀ ਆਖਰੀ ਗੱਲ ਸੁਣ ਜਾ ਨੇੜੇ ਆ ਕੇ ਉੱਥੋਂ ਹੀ ਬਕਵਾਸ ਕਰ ਕੀ ਕਹਨੇ ਨਹੀਂ ਇੱਕ ਵਾਰ ਪਲੀਜ਼ ਇੱਕ ਵਾਰ ਨੇੜੇ ਆ ਕੇ ਚੱਲ ਸੁਣ ਲੈ ਨਾ ਜਾ ਕੇ ਵਿਚਾਰੇ ਦੀ ਆਖਰੀ ਫਰਮਾਇਸ਼ ਕਿਉਂ ਛੋਟੂ ਤੇ ਚਿੱਤਰ ਪਾਉਣਾ ਚਾਹਨੀ ਹੈ ਹਾਂ ਬੱਕ ਪ੍ਰੀਤੀ ਜੇ ਤੈਨੂੰ ਉਂਝ ਮੇਰਾ ਪਿਆਰ ਕਬੂਲ ਨਹੀਂ ਤਾਂ ਫਿਰ ਮੈਂ ਤੇਰਾ ਭਰਾ ਬਣ ਕੇ ਭੈਣ ਦਾ ਪਿਆਰ ਤੇ ਲਾਈ ਸਕਦਾ ਨਾ ਠੀਕ ਹੈ ਅੱਜ ਤੋਂ ਆਪਾਂ ਭੈਣ ਭਰਾ ਤੇ ਇੱਕ ਵਾਰ ਗਲੇ ਤਾਂ ਮਿਲ ਸਕਦਾ ਨਾ ਹਾਂ ਹਾਂ ਕਿਉਂ ਨਹੀਂ ਪ੍ਰੀਤੀ ਇਹ ਤਾਂ ਤੈਨੂੰ ਪਤਾ ਮੈਂ ਤੈਨੂੰ ਭੈਣ ਬਣਾਇਆ ਪਰ ਦੇਖਣ ਵਾਲੇ ਤਾਂ ਇਹ ਸੋਚਦੇ ਹੋਣੇ ਕਿ ਛੋਟੂ ਨੇ ਕਿਹਾ ਪੀਸ ਪਟਾਇਆ
ਤੇ ਬਸ ਭਰਾਵਾ ਬਹੁਤ ਹੋ ਗਿਆ ਪਿਆਰ ਹਾਏ ਨਾ ਠਾ ਪ੍ਰੀਤੀ ਹਾਂ ਬੋਲ ਅੱਜ ਤੇ ਤੂੰ ਮੇਰੀ ਦੀਦੀ ਤੇ ਮੈਂ ਤੇਰਾ ਭਰਾ ਤੇ ਆਪਣਾ ਖਿਆਲ ਰੱਖੀ ਜੇ ਤੈਨੂੰ ਕਿਸੇ ਨੇ ਚੰਗਾ ਮਾੜਾ ਕਿਹਾ ਨਾ ਤੇ ਹਮੇਸ਼ਾ ਯਾਦ ਰੱਖੀ ਕਿ ਤੇਰਾ ਵੀਰ ਤੇਰੇ ਨਾਲ ਆ ਪ੍ਰੀਤੀ ਕਿਉਂਕਿ ਮੈਂ ਤਾਂ ਰੋਟੀ ਵੀ ਗੰਡਾਸੀ ਤੇ ਧਰ ਕੇ ਖਾਣਾ ਚੰਗਾ ਚਲੋ ਚੱਲੀਏ ਪ੍ਰੀਤੀਏ ਭੈਣ ਤਾਂ ਤੈਨੂੰ ਬਣਾ ਲਿਆ ਪਰ ਦਿਲ ਚੋਂ ਮੈਂ ਨਹੀਂ ਜਾਣੀ ਵੀਰੇ ਕੀ ਹਾਲ ਹੈ ਤੇਰਾ ਦੋ ਦਿਨ ਹੋ ਗਏ ਕਾਲਜ ਬੰਦ ਹੋਏ ਨੇ ਆਜੋ ਉਹਨੇ ਕੀ ਗੱਲ ਵੀਰੇ ਘਰ ਆਉਣ ਨੂੰ ਜੀ ਨਹੀਂ ਕਰਦਾ ਜਦ ਮੈਂ ਤੈਨੂੰ ਦੱਸਾਂਗਾ ਨਾ ਕਿ ਮੈਂ ਦੋ ਦਿਨ ਕੀ ਕੀਤਾ ਤੂੰ ਬਹੁਤ ਹੈਰਾਨ ਹੋਵੇਂਗੀ ਕੀ ਕੀਤਾ ਆ ਗਿਆ ਮੇਰਾ ਚੰਨ ਤੇਰੀ ਪੈਨਾ ਮਾਂ ਜਿਉਂਦਾ ਨਾ ਮੇਰਾ ਸ਼ੇਰ ਮੇਰਾ ਲਾਲ ਮੇਰਾ ਬੱਚਾ ਕੀ ਹਾਲ ਹੈ ਮਾਂ ਵਧੀਆ ਆਜਾ ਆਜਾ ਲੰਘੇ ਆ ਨਹੀਂ ਮਾਂ ਵੀਰੇ ਕਹਿੰਦਾ ਸੀ ਨਾ ਮੇਰੇ ਲਈ ਗਿਫਟ ਲੈ ਕੇ ਆਉਂਗਾ ਕੀ ਗਿਫਟ ਲੈ ਕੇ ਆਇਆ ਪਹਿਲਾਂ ਤੁਸੀਂ ਦੋਵੇਂ ਆਪਣੀ ਅੱਖਾਂ ਬੰਦ ਕਰੋ ਕੀ ਪਾਗਲਪਨ ਹੈ ਚੱਲ ਮਾਂ ਕਰ ਵੀ ਲੈਣਾ ਅੱਖਾਂ ਬੰਦ ਮਾਂ ਕਰੋ ਨਾ ਪਲੀਜ਼ ਲੈ ਖੋਲੋ ਆਪਣਾ ਬੋਨਟ ਤੇ ਬੰਦ ਕਰ ਇਹ ਕੌਣ ਮਾਂ ਇਹ ਹੈ ਤੁਹਾਡੀ ਨੂੰ ਤੇ ਇਹਦੀ ਭਾਬੀ ਮੇਰੀ ਨੂੰ ਮੇਰੀ ਨੂੰ ਪਹਿਲੀ ਵਾਰ ਘਰ ਪੈਰ ਰੱਖਣਾ ਜਾ ਜਾ ਜਲਦੀ ਕਰ ਮੈਨੂੰ ਸ਼ਗਨ ਵੀ ਪਾਉਣਾ ਚਾਹੀਦਾ ਤੁਸੀਂ ਇੱਥੇ ਰੁਕੋ ਮੈਂ ਹੁਣੇ ਆਈ ਮਾਂ ਨੇ ਤੈਨੂੰ ਪਾਸ ਕਰਤਾ ਲੈ ਪੁੱਤ ਚੁੰਨੀ ਅੱਗੇ ਕਰ ਮਾਂ ਇਹ ਕੀ ਗੱਲ ਮੇਰਾ ਮੂੰਹ ਨੀ ਮਿੱਠਾ ਕਰੋ ਲੈ ਤੂੰ ਵੀ ਮੂੰਹ ਮਿੱਠਾ ਕਰ ਮਾਂ ਰੁਕ ਮੈਨੂੰ ਵੀ ਤਾਂ ਮਿਲ ਲੈਂਦੇ ਭਾਬੀ ਨਾਲ ਮਿਲ ਹਾਏ ਕਿੰਨੀ ਸੋਹਣੀ ਭਾਬੀ ਹੈ ਮੇਰੀ ਚੱਲ ਪੁੱਤਰ ਅੰਦਰ ਚੱਲ ਚੱਲ ਭਾਬੀ ਪਰ ਦੱਸ ਤਾਂ ਦਿੰਦਾ ਪੁੱਤਰ ਨੂੰ ਨੂੰ ਨਾਲ ਲੈ ਕੇ ਆਇਆ ਖਾਣਾ ਖੁਣਾ ਪਸੰਦ ਆ ਬਣਾ ਕੇ ਰੱਖ ਦੇ ਮਾਂ ਗੁਲਾਬ ਸੇਵਾ ਕਰਾਉਣ ਨਹੀਂ ਸੇਵਾ ਕਰਨ ਲਈ ਆਈ ਤੁਸੀਂ ਇਹਦੇ ਤੋਂ ਰੋਟੀਆਂ ਬਣਵਾਓ ਸਬਜ਼ੀਆਂ ਬਣਵਾਓ ਤੇ ਝਾੜੂ ਪੋਚਾ ਕਰਵਾਓ ਅਗਰ ਤੁਸੀਂ ਇਹਨੂੰ ਪਾਸ ਕਰਤਾ ਫਿਰ ਅਸੀਂ ਵਿਆਹ ਕਰਾਂਗੇ ਤੇ ਅਗਰ ਨਹੀਂ ਕੀਤਾ ਤੇ ਗੁਲਾਬ ਆਪਣੇ ਘਰ ਖੁਸ਼ ਤੇ ਅਸੀਂ ਆਪਣੇ ਘਰ ਚੱਲ ਕਮਲਾ ਜਾ ਹਾਏ ਇਹ ਗੋਰੇ ਗੋਰੇ ਮਲੂਕ ਜੇ ਹੱਥ ਕਿਤੇ ਰੋਟੀਆਂ ਬਣਾਉਣ ਨੂੰ ਨੇ ਜਾਂ ਝਾੜੂ ਪੋਚਾ ਲਾਉਣ ਵਾਸਤੇ ਮੈਂ ਤੇ ਆਪਣੀ ਭਾਬੀ ਨੂੰ ਰੇਸ਼ਮੀ ਪਟੋਲੇ ਵਾਂਗੂ ਰੱਖਾਂਗੀ ਮਾਂ ਜੀ ਮੈਂ ਕੁਛ ਹੈਲਪ ਕਰਾਂ ਨਹੀਂ ਧੀਏ ਤੁਸੀਂ ਬੈਠੋ ਗੱਲਾਂ ਬਾਤਾਂ ਕਰੋ ਥੋੜਾ ਜਿਹਾ ਹਲਵਾ ਬਣਾਉਣ ਲੱਗੀ ਹਾਂ ਤੁਹਾਡਾ ਮੂੰਹ ਮਿੱਠਾ ਕਰਾਉਣ ਲਈ ਹਾਂ ਸੱਚ ਧੀਏ ਇੱਕ ਗੱਲ ਪੁੱਛਣੀ ਸੀ ਤੇਰੇ ਕੋਲੋਂ ਤੇਰੇ ਮੰਮੀ ਡੈਡੀ ਨੂੰ ਪਤਾ ਹੈ ਤੁਹਾਡੇ ਇਸ ਫੈਸਲੇ ਦੇ ਬਾਰੇ 'ਚ ਕਿਤੇ ਉਹ ਇਹ ਨਹੀਂ ਨਹੀਂ ਮਾਂ ਜੀ ਮੈਂ ਅੱਜ ਤੱਕ ਜੋ ਕੁਛ ਵੀ ਮੰਮੀ ਡੈਡੀ ਕੋਲੋਂ ਮੰਗਿਆ ਉਹਨਾਂ ਨੇ ਕਦੀ ਇਨਕਾਰ ਨਹੀਂ ਕੀਤਾ ਬਸ ਮੈਂ ਪਿੰਡ ਜਾਂਦੇ ਉਹਨਾਂ ਨੂੰ ਆਪਣਾ ਫੈਸਲਾ ਸੁਣਾ ਦੇਵਾਂਗੀ ਉਹਨਾਂ ਨੂੰ ਵੀ ਰਾਜ ਨੂੰ ਮਿਲ ਕੇ ਬਹੁਤ ਚੰਗਾ ਲੱਗਣਾ ਹੈ ਚੰਗਾ ਪੁੱਤਰ ਰੱਬ ਹਮੇਸ਼ਾ ਤੇਰੇ ਨਾਲ ਰਹੇ ਤੂੰ ਚੱਲ ਮੈਂ ਲੈ ਪੁੱਤਰ ਤੁਸੀਂ ਸ਼ੁਰੂ ਕਰੋ ਨਹੀਂ ਮਾਂ ਜੀ ਤੁਸੀਂ ਵੀ ਬੈਠੋ ਮੈਂ ਤੇ ਖਾਣਾ ਫੇਰ ਖਾਵਾਂਗੀ ਪਹਿਲਾਂ ਵਿਆਹ ਦੀ ਤਰੀਕ ਪੱਕੀ ਕਰੋ ਅਸੀਂ ਵਿਆਹ ਕਰ ਲਾਂਗੇ ਲੇਕਿਨ ਤੇਰੇ ਵਿਆਹ ਤੋਂ ਇੱਕ ਮਹੀਨਾ ਬਾਅਦ ਠੀਕ ਹੈ ਅੱਛਾ ਹੁਣ ਇੱਕ ਕੰਮ ਕਰ ਕੀ
रोटी खा ले। वीरे ये तो कोई गल ना हो। सतनाम सच्च भाषा वाहेगुरु, सतनाम सच्च भाषा वाहेगुरु, मैं करी वाहेगुरु सच्च भाषा, सतनाम। चंगा पुत्र तुसी आराम करो, सवेर दे निकले हो, थक गए होगे। राजू पै गया? हाँ मां। गुलाब जद सिमरन ते मां सो जान गया ता हौली जे बुआ खोल के बाहर आ जा। Come on.
की गल है वीरे? चुप चाप तुरी चल, तंग ना कर। तू पहली बार साडे घर आई है, मैं ते तेनू अपनी नू मान ही लिया। अगे रब दी मर्जी, जो उसनू मंजूर। हे रब्बा, पिनिया दा डब्बा ते भुल ही गई। हाय भाभी, एक दिन होर रुक जाना। नहीं सिमरन, गुलाब नू आज जाने पैना, ये सिर्फ एक दिन दा झूठ बोल के इत्थे आई सी। अच्छा, वीरे की झूठ बोलिया सी? इहनू ही पुछ लै। ये कह के आई सी कि एदी सहेली नू मुंडे वाले वेखण आ रहे ने, ते ओह चाहुंदी है कि उस घड़ीए ओहदे नाल रहे। हाय भाभी, एडा वड्डा झूठ। हाय 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 धीए, घर दियां बनियां पिनियां ने, अपनी माँ नू कहीं कि तेरी सस ने अपने हत्थां नाल बना के दित्तियां ने। लिया भाभी, विच रख देवा। दे मैं पा दिन्नू। चंगा, लेट ना होवो, घर पहुँच दे, छेती छेती खुशखबरी सुना दे। दीपे, जा बस चढ़ाया। हुने छड़न। ले भाभी, मैं हुने गली च वेख के आवा, किते कोई चंद्रा मत्थे ना लग जावे। हाय हाय भाभी, रुक जा। हाय हाय माँ, जय वड्डी दा गोरा गप्पी गली च तुरे आ रहा है। ओए तुरे आउंदा नहीं, गोरा ता कुड़िए पहुंच गया, नाले हुण तू भी मैनू गोरा गप्पी कहण लग पई। ओए मैं ता गऊ दी पूंछ नू फड़ के सौं खाण नू तैयार हां, जे कदे गप मारी होवे। ये ता पिंड वाले एवी साले बकवास करदे रहंदे आ। ओए ओ ता बाहर मैं बंबू काड़ वेख के समझ गया सी के साडा यार दीपा आया होया। होर सुना गोरिया, की हाल है? हाल भी दस देंगे। ना टलिया, चढ़ाता टिब्बिया ते पानी, पर पहला तू दस ये बीबा कौन है? मैं सियाणी नहीं। ये दीप नाल पढ़दी है कॉलेज विच। मैनू तो कल ही पता लग गया सी, तोती ने दस्या सी कि तेरा यार कोई वधिया जा पीस बिठाई आउंदा सी बंबू काट ते। बकवास ना कर। आहो, कदे तो सीधी गल कर लिया कर। साडियां तो हुण सीधियां भी पुठियां ही लगणियां। वे गोरिया, मैनू पता लग गया तू नेपाल बिहार चो जनानियां लिया के वेचदा अपने पिंड विच। ना फिर कोई माड़ा काम करदा, मैं तो चाइना तो लिया के भी बेचणियां सी, सुनिया कहिंदे हंडदियां नहीं, जल्दी सल मुक जांदे आ। पिंड दे 15 घरां च रोटी पकदी करती, सारे मैनू सीसां दिंदे आ, नाले पंजाब च कुड़ियां नू तां पहलां ही कुखां च मारी जांदे आ, फेरा पुत्तां वाले कित्थे विआउणगे अपने अनोखे लालां नू। चिट्टियां दाड़ियां वाले पिंड दे सारे छड़े मेरे ते यकीन करके दाड़ियां रंगी फिरदे आ। आज ये बैंकां वाले पोल्ट्री फार्म ते डेयरी फार्म वांगू जनानियां ते भी लोन देण लग पैण ना, तां पिंड दे कल्ले कल्ले छड़े दे घरे मैं तीमी बिठा दिया। चंगा दीपिया, मैं चलदा, शाम नू चक्कर लाई मूँह कौड़ा करांगे, अज ही एक ताज़ा सौदा कीता। हुण कहदा सौदा करता? नेपाल तो लिया के तीमी बेची आ, होर मैं प्लाट कट्टणा सी। फिटे मूँह तेरे, शर्म नहीं आउंदी जनानियां दा सौदा कर दे तेनू? और बेबे, गोरा ता धरती ते बैठ के चन्न नू वेच देवे, रन की चीज आ। जा पुत्तर, चढ़ाया। जी मां। खैर नाल कर जाई, छेती फोन करी। चलिए गुलाब। मित्रों, कल मैं थाने गया, की वेना थानेदार जने खाने दे रखड़े मार मार हवाला च सिटी जावे। ताले वो भीम खाने होए? नहीं जी, चल अंदर। तू भी भीम खाना होए? नहीं जी, चल अंदर। तू भी खाना होए? नहीं जी, चल अंदर। ताले वो थोड़े तिन्ना जो कोई नहीं खाता? कहने जी कोई नहीं खाता। कहना मैं भी कहां साड़ी साड़ी वेखदी क्यों नहीं। ठीक है ठीक है, हुण तुसी आए करो, तुसी चलो, ते आपां फिर किस दिन फिर बैठदे आ। बैठांगे? ओए की मतलब गोरिया तेरा, तू सानू रोटी खान वास्ते बुलाया सी, ते रोटी तो आपा खा के ही जावांगे। रोटी? हाँ जी। मैं रोटी ते बुलाया सी? हाँ जी। ओ भी थोनू? हाँ जी। लंगूरा नू अंगूर? ला मैं ता भुल ही गया सी। भी मैं थोनू रोटी ते बुलाया, थोड़ी खातर इन्ना कुछ मैं बनाई बैठा, कौन खाऊगा? हुण तुसी खा के ही जायो, बाद च भी तां एवीं कुत्तियां बिल्लां नू खलाउंदा ही फिरूं। ओ की बनाया जरा दस ता सही, भुख जरा होर चमक जाऊ। लाओ भी मित्रों सुनो फिर, सब तो पहला निर्णय कालजे मैं उबाले 2 किलो आलू। अच्छा। उन्हां नू मिध के बनाया उन्हां दा आटा, ते विच पा के 14 तरह दे मसाले, सालियां नू करेलियां दे विच तुन्निया, स्वाद आ गया भाई, ते करेले ते लपेट के धागे, ज्यों ही उन्हां नू मैं सरों दे तेल च छड्डिया, साले छू छू करदे फिर फिर मैं दित्ता उन्हां नू जीरे दा ते अनारदाने दा छिट्टा,
ਤੇ ਕੱਢ ਕੇ ਪਲੇਟ 'ਚ ਗੁਲਾਬ ਜਾਮਣਾ ਵਾਂਗੂ ਚਿਣ ਤੇ ਵਾਹ ਵੀ ਵਾਹ ਸੁਆਦ ਆ ਗਿਆ ਓਏ ਲਾਲ ਸੰਭਾਲ ਓਏ ਨਾਲੇ ਧਾਗਾ ਲਾ ਕੇ ਖਾਇਓ ਐਵੇਂ ਮਰਾਸੀਆਂ ਦੇ ਕਰੇਲੇ ਵਾਂਗੂ ਸਵੇਰੇ ਸਵੇਰੇ ਉੱਧੜਦੇ ਫਿਰੋਂ ਅੱਛਾ ਹੋਰ ਕੀ ਕੀ ਬਣਾਇਆ ਹੋਰ ਕਾਲੇ ਛੋਲੇ ਕਾਲੇ ਮੋਠ ਕਾਲੀ ਦਾਲ ਨੂੰ ਕੁੱਕਰ 'ਚ ਪਾ ਕੇ ਮਿੱਠੀ ਮਿੱਠੀ ਅੱਗ ਤੇ ਜਦੋਂ 50-60 ਸੀਟੀਆਂ ਦਾ ਬਿਗਲ ਵਜਾਇਆ ਆਸ ਗੁਆਰ ਦੀਆਂ ਸਾਰੀਆਂ ਨੱਡੀਆਂ ਕੋਠੇ ਚੜ ਚੜ ਵੇਖਣ ਲੱਗਦਾ ਗੋਰੇ ਨੇ ਬੁਲਾਇਆ ਨੱਡੀਆਂ ਵੇਖਦੀਆਂ ਸੀ ਓਏ ਤੂੰ ਲਾਲ ਸੰਭਾਲ ਓਏ ਨਾ ਖਾਲੀ ਦਾਲ ਹੀ ਬਣਾਈ ਐ ਕੋਈ ਮੀਟ ਮੁਰਗਾ ਵੀ ਬਣਾਇਆ ਮੀਟ ਮੁਰਗਾ ਫੇਰ ਮੈਂ ਦੇਸੀ ਕੁੱਕੜ ਨੂੰ ਕੱਢਿਆ ਟੋਕਰੇ ਥੱਲੇ ਤਿੰਨ ਦਿਨ ਦਾ ਸਾਲਾ ਵਿਹੜੇ 'ਚ ਬਾਘੀਆਂ ਪਾਉਂਦਾ ਫਿਰਦਾ ਸੀ ਮਾਰੀਆਂ ਧੌਣ 'ਚ 3-4 ਮੁੱਕੀਆਂ ਉਲਟਾਤਾ ਉਲਟਾਤਾ ਨੰਗਾ ਕਰਕੇ ਰੱਖਤਾ ਆਉਂ ਮਾਰੇ ਸਾਲੇ ਦੇ ਲੀੜੇ ਲਾ ਕੇ ਫੇਰ ਕਰਾਇਆ ਕੜਾਹੀ 'ਚ ਇਸ਼ਨਾਨ ਵਿੱਚ ਪਾਈ 1/2 ਕਿਲੋ ਦੁੱਧ ਦੀ ਕਰੀਮ ਤੇ ਥੋੜ੍ਹਾ ਥੋੜ੍ਹਾ ਦਿੱਤਾ ਧਣੀਏ ਦਾ ਛਿੱਟਾ ਹੁਣ ਸਾਲਾ ਪਲੇਟ 'ਚ ਪਿਆ ਝਾਕਦਾ ਤੌਰ ਭੁਰ ਹਾਜੀ ਵੀ ਝਾਕਦਾ ਸਣੇ ਕੱਲ੍ਹ ਕੀ ਬਣਾਇਆ ਸੀ ਨਾ ਫਿਰ ਤਾਂ ਸੁਆਦ ਆਜੂ ਓਏ ਤੂੰ ਲਾਲ ਸੰਭਾਲ ਬਸ ਵੀ ਗੋਰਿਆ ਉਹ ਇੰਨਾ ਕੁਝ ਖਿਲਾਤਾ ਬਈ ਮੈਂ ਤਾਂ ਰੱਜ ਹੀ ਗਿਆ ਵਾਹ ਬਈ ਵਾਹ ਮਜ਼ਾ ਆ ਗਿਆ ਓਏ ਅਜੇ ਕਿੱਥੇ ਰੱਜ ਗਿਆ ਅਜੇ ਇੱਕ ਚੀਜ਼ ਤਾਂ ਰਹਿ ਗਈ ਮਾਰੀਨਾ ਦਹੀਂ ਸਵੀਡਿਸ਼ ਓਏ ਨਹੀਂ ਨਮਕੀਨ ਡਿਸ਼ ਉਹ ਕਿਹੜੀ ਚੂਰਨ ਚੂਰਨ ਸਾਲੇ ਉਹ ਇੰਨਾ ਕੁਝ ਡੱਫ ਲਿਆ ਹਜ਼ਮ ਤੁਹਾਡਾ ਬੁੜਾ ਕਰੂ ਖਾਓ ਖਾਓ ਸ਼ਾਬਾਸ਼ ਬਸ ਗੋਰਿਆ ਮੈਂ ਤਾਂ ਇਹੋ ਜਿਹਾ ਖਾਣਾ ਸਾਰੀ ਜ਼ਿੰਦਗੀ 'ਚ ਕਦੀ ਨਹੀਂ ਖਾਧਾ ਬਈ ਸਵਾਦ ਆ ਗਿਆ ਸਵਾਦ ਮੈਂ ਕੌਣ ਆ ਖਵਾਉਣ ਵਾਲਾ ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਹੀ ਉਹ ਗੋਰਿਆ ਆ ਚੂਰਨ ਦੀ ਗੋਲੀਆਂ ਵੀ ਕਮਾਲ ਦੀਆਂ ਨੇ ਇੰਨਾ ਕੁਛ ਖਾਧਾ ਪਰ ਹਲੇ ਵੀ ਐਂ ਲੱਗਦਾ ਕੁਛ ਖਾਧਾ ਹੀ ਨਹੀਂ ਅੱਛਾ ਜਿਉਂਦਾ ਵਸਦਾ ਰਹਿ ਗੋਰਿਆ ਸਵਾਦ ਆ ਗਿਆ ਬਈ ਚੰਗਾ ਬਈ ਅਸੀਂ ਹੁਣ ਚੱਲਦੇ ਹਾਂ ਮੈਂ ਕਹਿੰਦਾ ਬ੍ਰੇਕਫਾਸਟ ਕਰਕੇ ਹੀ ਜਾਇਓ ਅੱਛਾ ਗੋਰਿਆ ਚੱਲਦੇ ਹਾਂ ਫਿਰ ਮਿਲਾਂਗੇ ਇਹਨੂੰ ਕਹਿੰਦੇ ਚੂਰਨ ਦੇਣਾ ਆਏ ਸੀ ਗੋਰੇ ਤੋਂ ਚਿਕਨ ਮਨਚੂਰੀਅਨ ਖਾਣ ਹੁਣ ਤੂੰ ਸੁਣਾ ਦੀ ਪਿਆ ਮੰਨ ਗਏ ਤੈਨੂੰ ਗੋਰਿਆ ਖਾਣ ਪੀਣ ਦੀਆਂ ਇੰਨੀਆਂ ਚੀਜ਼ਾਂ ਗਿਣਾ ਕੇ ਇੱਕ ਵਾਰੀ ਤਾਂ ਅਗਲਿਆਂ ਨੂੰ ਘਰ ਵਾਲੀਆਂ ਚੇਤੇ ਕਰਾਤੀਆਂ ਓਏ ਗੋਰਾ ਤਾਂ ਧਰਤੀ ਤੇ ਬੈਠ ਕੇ ਚੰਨ ਨੂੰ ਵੇਚ ਦੇਵੇ ਰੰਨ ਕੀ ਚੀਜ਼ ਆ ਚੱਲ ਇਸੇ ਗੱਲ ਤੇ ਮੂੰਹ ਕੌੜਾ ਕਰੀਏ ਮੇਰੀ ਬੁਲਬੁਲ ਮੇਰੀ ਤਿਤਲੀ ਮੇਰੀ ਮੈਨਾ ਕੀ ਦੇਖ ਰਹੇ ਹੋ ਤੇਰੀਆਂ ਅੱਖਾਂ ਵਿੱਚ ਆਪਣੀ ਤਸਵੀਰ ਪਰ ਅਜਿਹੀਆਂ ਅੱਖਾਂ ਵਿੱਚ ਖੂਬਸੂਰਤ ਜਿਹਾ ਰਾਜਕੁਮਾਰ ਕੌਣ ਹੈ ਫੁੱਬਾ ਜੀ ਹਮੇਸ਼ਾ ਮੇਰੇ ਤੋਂ ਪੁੱਛਦੀ ਹੁੰਦੀ ਸੀ ਪਿਆਰ ਕੀ ਹੁੰਦਾ ਹੈ ਫੁੱਬਾ ਜੀ ਪਿਆਰ ਕੀ ਹੁੰਦਾ ਹੈ ਅੱਜ ਹੋ ਗਿਆ ਤਾਂ ਮੇਰੇ ਤੋਂ ਹੀ ਛੁਪਾ ਰਹੀ ਹੈ ਕੌਣ ਹੈ ਉਹ ਜੀ ਉਹ ਜਿਹਾ ਸੁਪਨਾ ਦੇਖਿਆ ਸੀ ਉਸ ਤੋਂ ਵੀ ਸੋਨਾ ਰੱਬ ਤੇਰਾ ਹਰ ਸੁਪਨਾ ਪੂਰਾ ਕਰੇ ਪਰ ਆਪਣੀ ਭੂਆ ਨੂੰ ਆਪਣੀਆਂ ਅੱਖਾਂ ਵਿੱਚ ਨਾ ਝਾਕਣ ਦੇ ਬੜੀ ਖਤਰਨਾਕ ਹੈ ਕੋਸ਼ਿਸ਼ ਕਰ ਉਹਦੇ ਆਉਣ ਤੋਂ ਪਹਿਲਾਂ ਆਪਣੇ ਪਾਪਾ ਤੋਂ ਆਪਣੇ ਸੁਪਨਿਆਂ ਦਾ ਰਾਜਕੁਮਾਰ ਮੰਗ ਲੈ ਚੰਗਾ ਹੋਇਆ ਤੂੰ ਆਈ ਹੈ ਤੇ ਉਹ ਘਰ ਨਹੀਂ ਹੈ ਫੁੱਪਾ ਜੀ ਅਸੀਂ ਸਾਰੇ ਉਹਨਾਂ ਤੋਂ ਇੰਨਾ ਡਰਦੇ ਕਿਉਂ ਕਿਉਂਕਿ ਉਹ ਪਿਆਰ ਨੂੰ ਨਫ਼ਰਤ ਕਰਦੀ ਹੈ ਤੇ ਅਸੀਂ ਪਿਆਰ ਨਾਲ ਪਿਆਰ ਕਰਦੇ ਹਾਂ ਉਹ ਅਮਰ ਕੌਰ ਨਹੀਂ ਹੈ ਉਹਦੇ ਅੰਦਰ ਪਿਆਰ ਦਾ ਬੀਜ ਕਦੇ ਪੁੰਗਰਿਆ ਹੀ ਨਹੀਂ ਉਹ ਇੱਕ ਅਮਰ ਵੇਲ ਹੈ ਜਿਸ ਵੀ ਦਰਖਤ ਤੇ ਪੈਂਦੀ ਹੈ ਸੁਕਾ ਕੇ ਰੱਖ ਦਿੰਦੀ ਹੈ ਫੁੱਪਾ ਜੀ ਤੁਸੀਂ ਉਹਨਾਂ ਨੂੰ ਕੁਝ ਕਹਿੰਦੇ ਕਿਉਂ ਨਹੀਂ ਹੋ ਸਭ ਕੁਝ ਕਿਉਂ ਬਰਦਾਸ਼ਤ ਕਰੀ ਜਾ ਰਹੇ ਹੋ ਕਿਹਦੇ ਨਾਲ ਸ਼ਿਕਵਾ ਕਰਾਂ ਕਿਹਦੇ ਨਾਲ ਗਿਲਾ ਕਰਾਂ ਮੇਰੇ ਦਿਲ ਨੇ ਤਾਂ ਉਹਨੂੰ ਕਦੇ ਆਪਣੇ ਤੋਂ ਜੁਦਾ ਹੀ ਨਹੀਂ ਸਮਝਿਆ ਪਿਆਰ ਦੇ ਵਿੱਚ ਤਾਂ ਜਾਂ ਕਿਸੇ ਦੇ ਹੋ ਜਾਈਏ ਜਾਂ ਕਿਸੇ ਨੂੰ ਆਪਣਾ ਕਰ ਲਈਏ ਉਹ ਮੇਰੀ ਨਹੀਂ ਹੋਈ ਮੈਂ ਉਹਦਾ ਹੋ ਗਿਆ ਫਿਰ ਸ਼ਿਕਾਇਤ ਕਿਸ ਗੱਲ ਦੀ ਗੁਲਾਬ ਅੱਛਾ ਫੁੱਪਾ ਜੀ ਮੈਂ ਚੱਲਦੀ ਹਾਂ ਮੰਮਾ
आजा पुत्र चाह पी ले। नहीं मामा, चाह तो मैं प्रीति दे घर पे लाऊंगी। सवेर तो मैंने मिस्ड कॉल एसएमएस करी जा रही है। बस मैं हुने गई ते हुने आई। पर मेरी गल तो सुन। प्रीति सोरा घर होके आई है, वेखी कि वे गल्लां दे लालियां फुट फुट पैंदियां ने। गुलाब सच्ची गल आंटी जी। गुलाब की हाल है तेरा? ठीक, तुसी ठीक हो? मैं ते ठीक हां बिल्कुल, पर तेरी सहेली है ना, एने पागल हो जाना सी जे अज तू ना आंदी। मैं करनी है इलाज। अच्छा तुसी गल्लां बात करो, मैं चाह लेके आनी हां। ठीक है, इत्थे बैठ। हुन मैनू सवार के दस अपने सोरियां बारे। मैं नहीं दसदी। हाय प्लीज मैनू दस ना। हाय प्रीति, जिंदगी विच रब मेरे ते इन्ना मेहरबान होवेगा, सच्ची मैं कदी सुपने विच भी नहीं सोचिया सी। सत श्रीकाल सरदार जी। सत श्रीकाल। मैं क्या बड़े खुश लगते हो जी, कुछ मैनू भी दसो। बहुत बधाई होए गुलाब की माँ, बहुत बधाई होए। तो अनु भी बहुत बहुत बधाइयां, सब कुछ तय हो गया? हाँ हाँ, सब कुछ सेटल हो गया। ते वो परसों आ रहे हैं रिंग सेरेमनी वास्ते। तेरा लख लख शुक्र है सच्चिया पाशा। गुलाब नु दस्या? सास बारे की दसा प्रीति, बिल्कुल माँ गुजरी दा रूप, चेहरे ते नूर, ते बोल दिए ते इंज लगता है जिवें मुंह तो मोती किरदे हों। ते ओदी छोटी भैन सिमरन, बस लाली नू लुका ले ते ओनू सामने बिठा ले। रुपए 25 लाख तां पूरे लैण दे। ते कहंदे सानू फर्नीचर पेटियां ते कारां दी की लोड़ है, असी केड़ा इंडिया रहना है। ते शादी दे 3 महीने दे अंदर अंदर गुलाब वी उत्थे चली जावेगी। बाकी इत्थे किले वर्गी कोठी भी है। कोठी जिवें किसी सिफती दी कुटिया, जिवें कोई मंदिर कोई गुरुद्वारा, दीवारा ते दसा गुरु साहिबाना दिया तस्वीरां, हरा हरा लॉन ते आले दुआले गेंदे ते गुलाब दे ताजे खिले फुलां दी महक। तेरे नाल गल करदी गुलाब, गुलाब दा एक बुत है प्रीति, गुलाब दी रूह ते बस उत्थे ही रह गई। वैसे मुंडा सोहना है, जवान है, हमें पढ़िया लिखिया घट ही है, किसी फैक्ट्री च काम करता है, 2.5 लाख रुपया कमा लेंदा ओवर टाइम पा के। पर गुलाब की माँ तेनू तो पता ही है, कैनेडा का सिटीजन होना ही मुंडे कुड़ी के सारे ऐप छुपा लेंदा। निराश के बारे भी दस, ओदे पैर जमीन ते लगदे सी या आसमान च उड़िया फिरदा सी? नहीं सच, तुसी सुत्ते किथे सी? मैं सिमरन ते माइक कमरे च, ते ओ अपने कमरे च। नहीं सोके ही रात गुजार दित्ती के? नहीं किथे बैठिए, बिलक पिछे मैनू एसएमएस कर दे कि जदों माँ ते सिमरन सो जान बाहर आ जाए। पर माँ ते सिमरन सो नहीं ना, मैं खिड़की दे शीशे ते उन्हां दे बाहर तुरे फिरदे दा परछावां देखती रही, ते मेरे दिल ते उन्हां दे पैरां दे निशान उग करदे रहे। ते फिर माँ ते सिमरन कूक सो गईयां, ते मैं हौली जी उठी ते दरवाज़ा खोल के बाहर आ गई। बाहर आंदे सज्जन ने मैनूं कस के अपनी बाहां विच फड़ लिया, ते फिर हाए नहीं, जदों सौ दान लग्या उदों कहिंदी बस, हाड़े हाड़े दस ना अग्गे की होया। अग्गे की होया कुछ ना पुछ, सारी रात इश्के दी बरसात हुंदी रही ते असी भिजदे रहे ते बस भिजदे रहे। हाय किते व्याह तो पहला ही ते नी सुहागरात मनाई। चल हट परे। आ तेरे ते दिमाग विच गंद भरिया होया, होर ऐसा ज्यादा तू सोचेंगी भी की। प्रीति चाह बन गई है बेटा, चाह पी लो किते ठंडी ना हो जाए। थैंक यू मम्मा। हाँ मम्मा। गुलाब बेटे तेरे डैडी आ गए ने, तेरा इंतजार कर रहे ने, जल्दी आ जा। ठीक है मम्मा, हुने आनी हूं। अच्छा प्रीति मैं चलनी हूं, डैडी आ गए। गुलाब मेरी भैने मम्मी डैडी नाल बड़े ठरमे ते सलीके नाल गल करी, किते ए ना होवे कि मंजिल दे इन्ने नेड़े पहुंच के तो ठोकर खा जावे।
तू फिकर ना कर मेरी जान, तेरी सहेली नू अपनी तकदीर आप लिखन दी आदत है। प्रीति की होया बेटा, तू गुमसुम क्यों हो गई? मां कितियां अपनी तकदीर आप लिख सकदियां ने। तीए जे तियां अपनियां तकदीरां आप लिख सकदियां ना, ते दुनिया दी हर ती अपने घर सुखी बसदी ना। मेरी ये तीए तकदीर लिखना तियां दा काम नहीं, हे ते ओ सच्चे पाछा दा काम है। डैडी मैं तुहानू बहुत मिस कीता। मैं भी अपने बच्चे नू बहुत मिस करता सी। और ठीक है ना? हाँ डैडी, बिल्कुल ठीक। एग्जाम ठीक होए कि नहीं? एकदम फर्स्ट क्लास। गुड। अच्छा डैडी, तुसी फ्री हो? हाँ जी, दसो। मैं तुहाडे नाल एक बहुत जरूरी गल करनी है। अच्छा बेटा, मैं भी तेरे नाल बहुत जरूरी गल करनी है। तू ऐदा कर, नहा धो के फ्रेश हो जा, फिर आपां खाना इकट्ठे खावांगे, गलबात भी कर लांगे। हैं? अच्छा ठीक है। ओके। कैसी लग रही तेरी हीरोइन दीदी? मैं जदों दी आएगा तू हंसी जा रही है, हंसी जा रही है। तेनू क्यों हंसियां सुझ रही है ने, बोल बोल, नहीं तो मैं तेरी गुत्त पुटांगी। बोल, छड्डो दीदी, दस दिया बाबा, दस दिया बे, मेरी गुत्ता छड्डो। चल हुन बोल। परसों ना। की परसों? अग्गे भी बोल। परसों मेरे होण वाले जीजा जी मेरी प्यारी हीरोइन दीदी दी उंगली विच अंगूठी पाण आ रहे ने। परमात्मा ने अपनी अरदास सुन ली है पुत्र, तेनू बहुत वड्डा रिश्ता आया कैनेडा तो। परसों तेरी रिंग सेरामनी है, वो एक महीने के अंदर अंदर ब्याह मंगते ने। मेरी धी राज करेगी। जो तू चली गई ना, ते तेरे छोटे भैन भरा भी चले जाएंगे कैनेडा। ओह मम्मा, गुलाब की होया पुत्र, की होया? तेरी तबीयत ठीक है ना? ए तुसी की कीता मम्मा? प्लीज मम्मा, इस रिश्ते तो ना कर दियो, प्लीज मम्मा। देख बेटा, बेटा एक महीना हो गया रिश्ता पक्का हो गया, ते असी तेनू इस करके नहीं दस्या कि तेरी पढ़ाई डिस्टर्ब ना हो। लड़के वाले कैनेडा तो इतने पहुंच चुके ने, परी दरी दा सारा समान उतों ही लेके आए ने, ते असी भी सारी खरीदारी कर ली। तू वड्डी है, ते मैं तेनू कदे बेटी कह के नहीं, बल्कि हमेशा बेटा कह के बुलाया है। तेरे भी कुछ फर्ज ने बेटा अपने भैन भरावां प्रति। देख बेटा, इस एक रिश्ते नाल किन्नियां जिंदगियां समझ जाणगियां। बस हुण तू मैनू किसे धर्म संकट च ना पाई। जे तबीयत ठीक नहीं तां चाह बना दा पुत्र। मां कुछ देर लई मैनू कल्ला छड्ड दिओ। Thank you.
ਹੀ ਉਦੋਂ ਚੁੱਕੇਗਾ ਜਦੋਂ ਹੁਣ ਹੀ ਆਪਣਾ ਕਰਾ ਕਰ ਗਈ। ਇਹ ਤੂੰ ਤੂੰ ਕੀ ਕਹਿ ਰਹੀ ਹੈ ਗੁਲਾਬ? ਤੂੰ ਰਾਜਦੀਪ ਨੂੰ ਫੋਨ ਕੀਤਾ? ਉਹ ਵੀ ਫੋਨ ਨਹੀਂ ਚੁੱਕਦਾ ਪਿਆ। ਬਸ ਗੁਲਾਬ ਬਸ ਚੁੱਪ ਹੋ ਜਾ। ਇਹ ਵੇਲਾ ਰੋਣ ਦਾ ਨਹੀਂ ਗੁਲਾਬ, ਕੁਛ ਸਖਤ ਫੈਸਲਾ ਲੈਣ ਦੇ। ਜੇ ਤੂੰ ਹੁਣ ਥਿੜਕੀ ਤੇ ਸਾਰੀ ਉਮਰ ਦਾ ਪਛਤਾਵਾ ਤੇਰੀ ਝੋਲੀ ਪੈ ਜਾਣਾ। ਆਪਣੇ ਆਪ ਨੂੰ ਮਜ਼ਬੂਤ ਕਰ ਤੇ ਜਾ ਕੇ ਆਪਣੇ ਮੰਮੀ ਡੈਡੀ ਨੂੰ ਆਪਣਾ ਫੈਸਲਾ ਸੁਣਾ ਦੇ। ਤੂੰ ਠੀਕ ਕਹਿ ਰਹੀ ਹੈ ਪ੍ਰੀਤੀ, ਮੈਂ ਹੁਣੇ ਜਾ ਕੇ ਉਹਨਾਂ ਨੂੰ ਸਾਫ਼ ਸਾਫ਼ ਕਹਿ ਦਿੰਦੀ ਹਾਂ ਕਿ ਮੈਨੂੰ ਇਹ ਰਿਸ਼ਤਾ ਬਿਲਕੁਲ ਮਨਜ਼ੂਰ ਨਹੀਂ। ਬਿਟ ਬਿਟ ਕੇ ਦੇਖਦੀ ਆ ਗੁਲਾਬ ਰਾਣੀ, ਮੇਰਾ ਚਿਹਰਾ ਬਦਲ ਗਿਆ ਕਿ ਤੇਰੀ ਤੱਕਣੀ ਚ ਫਰਕ ਆ ਗਿਆ ਏ? ਭੂਆ ਹੈ ਮੈਂ ਤੇਰੀ, ਨਾ ਕੋਈ ਸਤਿ ਸ੍ਰੀ ਅਕਾਲ ਨਾ ਕੋਈ ਨਮਸਤੇ। ਜ਼ਿਆਦਾ ਪੜ੍ਹ ਕੇ ਬੱਚੇ ਵੱਡਿਆਂ ਦਾ ਆਦਰ ਸਤਿਕਾਰ ਕਰਨ ਲਈ ਭੁੱਲ ਜਾਂਦੇ ਨੇ। ਸਤਿ ਸ੍ਰੀ ਅਕਾਲ ਭੂਆ ਜੀ। ਮੈਨੂੰ ਪਤਾ ਲੱਗਿਆ ਤੈਨੂੰ ਰਿਸ਼ਤੇ ਦੀ ਗੱਲ ਸੁਣ ਕੇ ਖੁਸ਼ੀ ਨਹੀਂ ਹੋਈ। ਜਵਾਨੀ ਚੀਜ਼ ਐਸੀ ਹੈ, ਪਤੰਗ ਵਾਂਗ ਅਸਮਾਨ ਨੂੰ ਹੱਥ ਲਾਉਣਾ ਲੋਚਦੀ ਹੈ, ਪਰ ਜੇ ਡੋਰ ਮਾਂ ਬਾਪ ਦੇ ਹੱਥ 'ਚ ਹੋਵੇ ਨਾ ਫਿਰ ਜ਼ਿਆਦਾ ਚੰਗਾ ਰਹਿੰਦਾ। ਨਹੀਂ ਤਾਂ ਲੋਕ ਘਰੋਂ ਨਿਕਲੀ ਹੋਈ ਕੁੜੀ ਅਤੇ ਕੱਟੀ ਹੋਈ ਪਤੰਗ ਨੂੰ ਕਿਵੇਂ ਨੋਚਦੇ ਅਤੇ ਲੁੱਟਦੇ ਨੇ, ਸ਼ਾਇਦ ਤੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ। ਪਰ ਮੇਰੀ ਸਲਾਹ ਤਾਂ ਲੈਣੀ ਸੀ। ਸ਼ਰਮਾ ਵਾਲੇ ਘਰਾਂ ਦੀਆਂ ਕੁੜੀਆਂ ਤੋਂ ਸਲਾਹ ਨਹੀਂ, ਉਹਨਾਂ ਨੂੰ ਹੋਣ ਵਾਲੇ ਰਿਸ਼ਤੇ ਦੀ ਇਤਲਾਹ ਦਿੱਤੀ ਜਾਂਦੀ ਹੈ ਅਤੇ ਸਿਆਣੀਆਂ ਕੁੜੀਆਂ ਸਿਰ ਝੁਕਾ ਕੇ ਉਸ ਰਿਸ਼ਤੇ ਨੂੰ ਕਬੂਲ ਕਰ ਲੈਂਦੀਆਂ ਨੇ। ਪਰ ਭੂਆ ਜੀ, ਮੈਂ ਕਿਸੇ ਹੋਰ ਨਾਲ ਵਿਆਹ ਕਰਨਾ। ਗੱਲ ਕਹਿੰਦੀ ਹੈ ਕਿ ਤੂੰ ਮੈਨੂੰ ਇੱਕ ਵਾਰ ਮੂੰਹੋਂ ਬਾਹਰ ਤੇ ਕੱਢ, ਘਰ ਘਰ ਮੈਂ ਆਪੇ ਪਹੁੰਚ ਜਾਵਾਂਗੀ। ਜੇ ਕੋਈ ਤੇਰੇ ਦਿਲ ਵਿੱਚ ਹੈ, ਅੱਜ ਦੀ ਰਾਤ ਉਹਨੂੰ ਰੋ ਰੋ ਕੇ ਆਪਣੇ ਅੱਥਰੂਆਂ ਰਾਹੀਂ ਬਾਹਰ ਕੱਢ ਦੇ। ਪਰਸੋਂ ਤੋਂ ਬਾਅਦ ਤੇਰੀਆਂ ਅੱਖਾਂ ਦੇ ਵਿੱਚ ਪਾਣੀ ਦਾ ਇੱਕ ਕਤਰਾ ਵੀ ਆ ਗਿਆ ਨਾ ਤਾਂ ਇਸ ਘਰ ਦੇ ਵਿੱਚ ਸੈਲਾਬ ਆ ਜਾਏਗਾ। ਜਾ ਅੰਦਰ ਜਾ। ਮੇਰੀ ਗੱਲ ਨਹੀਂ ਨਾ ਮੰਨੀ ਵੀਰੇ, ਮੈਂ ਕਹਿੰਦੀ ਸੀ ਕੁੜੀ ਦੀਆਂ ਵਾਗਾਂ ਇੰਨੀਆਂ ਖੁੱਲੀਆਂ ਨਾ ਛੱਡ। ਤੂੰ ਦੇਖਿਆ ਨੀ ਕੁੜੀ ਨੇ ਦਰਵਾਜ਼ਾ ਕਿਵੇਂ ਖੋਲਿਆ ਸੀ? ਜੇ ਮੈਂ ਨਾ ਹੁੰਦੀ ਤੇ ਅੱਜ ਪਿਓ ਧੀ ਦੇ ਰਿਸ਼ਤੇ ਦੀ ਹਰ ਮਰਿਆਦਾ ਟੁੱਟ ਜਾਣੀ ਸੀ। ਤੇ ਭਾਬੀ ਤੂੰ ਤੂੰ ਤੇ ਮਾਂ ਏ ਨਾ, ਮਾਂ ਦਾ ਫਰਜ਼ ਹੁੰਦਾ ਘਰੋਂ ਨਿਕਲਦੀ ਕੁੜੀ ਦੀ ਅੱਖ ਤੇ ਘਰ ਪਰਤਦੀ ਉਹਦੀ ਚਾਲ ਪਛਾਣੇ। ਪਰ ਤੂੰ ਤੇ ਅੱਖਾਂ ਤੇ ਮੋਹ ਪਿਆਰ ਦੀਆਂ ਪੱਟੀਆਂ ਬੰਨੀਆਂ ਹੋਈਆਂ ਨੇ ਨਾ। ਮੇਰੇ ਖਿਆਲ 'ਚ ਉਹ ਆਪਣੇ ਆਪ ਨੂੰ ਸੰਭਾਲ ਲਵੇਗੀ ਤੇ ਸਭ ਠੀਕ ਹੋ ਜਾਵੇਗਾ। ਰੱਬ ਤੇ ਡੋਰੀਆਂ ਨਾ ਰੱਖ ਵੀਰੇ, ਜਦ ਤੱਕ ਰਿਸ਼ਤਾ ਨਹੀਂ ਹੋ ਜਾਂਦਾ ਕੁੜੀ ਤੇ ਬਾਜ ਵਾਂਗ ਅੱਖ ਰੱਖ। ਮਾਮਲਾ ਉਹਨਾਂ ਵੀ ਛੋਟਾ ਨਹੀਂ ਜਿੰਨਾ ਤੂੰ ਸਮਝ ਰਿਹਾ ਹੈ। ਸ਼ਾਇਦ ਤੈਨੂੰ ਪਤਾ ਨਹੀਂ ਗੁਲਾਬ ਕਿਸੇ ਹੋਰ ਨਾਲ ਪਿਆਰ ਕਰਦੀ ਹੈ। ਤੂੰ ਮੈਨੂੰ ਕੀ ਦੱਸਣ ਲੱਗਿਆ ਹੈ? ਮੈਂ ਉਹਦੇ ਚਿਹਰੇ ਤੋਂ ਸਭ ਪੜ੍ਹ ਚੁੱਕੀ ਹਾਂ। ਜੇ ਪੜ੍ਹ ਚੁੱਕੀ ਹੈ ਤਾਂ ਰੱਬ ਦੇ ਵਾਸਤੇ ਉਸ ਮਾਸੂਮ ਦਾ ਦਿਲ ਨਾ ਤੋੜ, ਉਸ ਦਾ ਪਿਆਰ ਪਰਵਾਨ ਚੜ੍ਹ ਲੈਣ ਦੇ। ਚੌਧਰੀ ਸਾਹਿਬ, ਜੇ ਆਪਣੀ ਮਤ ਚੰਗੀ ਨਾ ਹੋਵੇ ਤਾਂ ਦੂਸਰੇ ਤੋਂ ਮਤ ਉਧਾਰ ਲੈ ਲੈਣੀ ਚਾਹੀਦੀ ਆ। ਨਾਲੇ ਖਬਰਦਾਰ, ਜੇ ਉਸ ਕੁੜੀ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੇਰੇ ਅੱਗੇ ਹੱਥ ਜੋੜਦਾ ਅਮਰੋ। ਗੁਲਾਬ ਦਾ ਪਿਆਰ ਉਸਦੀ ਝੋਲੀ ਪਾ ਦੇ, ਟੁੱਟਿਆਂ ਦਿਲਾਂ ਚੋਂ ਨਿਕਲੀ ਹਾਰ ਬੜੀ ਖਤਰਨਾਕ ਹੁੰਦੀ ਹੈ।
हाँ तो मैनू सारी दुनिया की लग चुकी है जिहड़ा तेरे वर्गा नशाई मेरे पल्ले पै गया बड़िया दुनियादारियां निभाउण चलिया है जा दारू पी ते ढोले दियां ला जदों तेरे प्यार दा सुरूर नहीं ना चढ़िया तां अमरो मैं तेनू इस शराब चो लभन लगा दिल तां टुटना तां बर्दाश्त हो जांदा है अमरो पर नशे दा टुटना बर्दाश्त नहीं होंदा बहुत बहुत बुरा हाल होंदा है गुलाम चुप मेरे बच्चे मैं गलत तां ही सही हूं ऐ तां आण वाला वक्त ही दसेगा पर मैं तेरे अग्गे हाथ जोड़ के बिनती करदा कि जवानी दे जोश च अजिहा कोई कदम ना पुटी जिहदे नाल तेरे तेरे प्यो दा बुढ़ापा शर्मसार हो जावे बस बेटा जी यही कहना सी मैं तेनू बस किसी होर लड़के नाल प्यार कर दी है होर लड़का ओते एक सपना सी हाय हाय गोरिया हुन ता लत्ता भी जवाब देई जांदियां है ओए बखतौरिया आ उम्र तेरी लत्ता ते आउण दी नहीं ਮੋਢਿਆਂ ਤੇ ਆਉਣ ਦੀ ਹੈ ਬਹਿ ਜਾ ਹੋਰ ਸੁਣਾ ਅੱਜ ਕਿਵੇਂ ਭੁੱਲ ਕੇ ਗੋਰੇ ਦੇ ਘਰੇ ਆ ਵੜਿਆ ਹੁਣ ਤਾਂ ਬਸ ਹੋ ਗਈ ਗੋਭ ਗੋਰਿਆ ਬਥੇਰੇ ਹੱਥ ਫੂਕ ਲੈ ਬਹੁਤ ਚੂਲੇ 'ਚ ਫੂਕਾ ਮਾਰ ਮਾਰ ਸਿਰ 'ਚ ਸਵਾ ਪਵਾ ਲਈ ਹੁਣ ਤਾਂ ਗੋਰਿਆ ਬਸ ਜੀ ਕਰਦਾ ਚਾਰ ਦਿਨ ਸੁੱਖ ਦੇ ਅਸੀਂ ਵੀ ਜੀ ਲਈਏ ਓਏ ਬਖਤੌਰਿਆ ਦਿਨ ਤਾਂ ਜੀਣ ਲਈ ਦੋ ਹੀ ਬਥੇਰੇ ਹੁੰਦੇ ਆ ਬਸ਼ਰਤ ਹੈ ਕਿ ਦਿਨ ਸਵਾਦ ਦੇ ਹੋਣ ਪਰ ਤੂੰ ਚਿੰਤਾ ਨਾ ਕਰ ਤੇਰੇ ਅਰਗੇ ਥੱਕੇ ਟੁੱਟੇ ਤੇ ਐਕਸਪੈਰੀ ਡੇਟ ਨਿਕਲੇ ਬੰਦਿਆਂ ਦਾ ਖਿਆਲ ਰੱਖਣ ਲਈ ਰੱਬ ਨੇ ਗੋਰੇ ਨੂੰ ਧਰਤੀ ਤੇ ਭੇਜਿਆ ਦੇਖ ਗੋਰਿਆ ਗੱਪ ਨਾ ਮਾਰ ਇਸ ਉਮਰ 'ਚ ਮਜ਼ਾਕ ਮੇਰੇ ਤੋਂ ਚੱਲਿਆ ਨਹੀਂ ਜਾਣਾ ਓਏ ਤੂੰ ਮਜ਼ਾਕ ਦੀ ਗੱਲ ਕਰਦਾ ਓਏ ਗੋਰਾ ਤਾਂ ਧਰਤੀ ਤੇ ਬੈਠ ਕੇ ਚੰਨ ਨੂੰ ਵੇਚ ਦੇਵੇ ਰੰਨ ਕੀ ਚੀਜ਼ ਆ ਤੂੰ ਹੁਕਮ ਕਰ ਅੱਜ ਹੀ ਬਿਠਾ ਦੀਏ ਤੇਰੇ ਘਰੇ ਘੁੰਡ ਵਾਲੀ ਹਾਏ ਓਏ ਕਿਵੇਂ ਝਾਕਦਾ ਲਲਚਾਈਆਂ ਅੱਖਾਂ ਨਾਲ ਲੈ ਦੇਖ ਨਜ਼ਾਰੇ ਫਿਰ ਹਾਂ ਬਈ ਤ੍ਰਿਮੂਰਤੀ ਜੀ ਲੰਘੇ ਆਓ ਅੱਜ ਹੀ ਗਲਤੀ ਛੜਾਈ ਆ ਹਾਲੇ ਤਾਂ ਹਵਾ ਵੀ ਨਹੀਂ ਲੱਗੀ ਲੈ ਬਈ ਬਖਤੌਰਿਆ ਹੁਣ ਤੂੰ ਆਪ ਹੀ ਵੇਖ ਲੈ ਉਹ ਜਿਹੜੀ ਪਹਿਲੇ ਨੰਬਰ ਤੇ ਖੜੀ ਆ ਇਹ ਤੀਵੀਂ ਆ 25,000 ਦੀ ਸਪੈਸ਼ਲ ਤੇ ਵਿਚਕਾਰ ਵਾਲੀ ਆ ਡਿਲਕਸ ਮਾਡਲ ਇਹ ਆ 30,000 ਦੀ ਤੇ ਜਿਹੜੀ ਇਧਰਲੀ ਨੁਕਰੇ ਖੜੀ ਆ ਇਹ ਆ ਸੁਪਰ ਡਿਲਕਸ ਮਾਡਲ ਇਹ ਆ 40,000 ਤੇ ਹੁਣ ਤੂੰ ਦੱਸ ਤੇਰਾ ਹੱਥ ਕਿਹੜੀ ਨੂੰ ਪੈਂਦਾ ਗੋਰਿਆ ਹੱਥ ਤੇ ਭਾਵੇਂ ਤਿੰਨਾਂ ਨੂੰ ਪਵਾ ਲੈ ਪਰ ਇੰਨੀ ਗੁੰਜਾਇਸ਼ ਨਹੀਂ ਹੈਗੀ ਮਹਿੰਗੀਆਂ ਮਹਿੰਗਾਈ ਥੋੜ੍ਹੀ ਆ ਖੰਡ ਨਾਲੋਂ ਗੁੜ ਦੇ ਭਾਅ ਤਾਂ ਵਧੇ ਪਏ ਨੇ ਗੋਰਿਆ ਮੈਂ ਇੰਨੀਆਂ ਮਿੱਠੀਆਂ ਕੀ ਕਰਨੀਆਂ ਮੈਨੂੰ ਤਾਂ ਕੋਈ ਫਿੱਕੀ ਜੀ ਦੇ ਦੇ ਓ ਮੈਂ ਤਾਂ ਰੋਟੀ ਲਾਹਣ ਲਈ ਕੋਈ ਟੁੱਟੀ ਭੱਜੀ ਦੇ ਦੇ ਨਾ ਫੇਰ ਜਨਾਨੀ ਸਿਰ 'ਚ ਮਾਰਨੀ ਆ ਜੇ ਰੋਟੀ ਲਾਉਣੀ ਆ ਚੁੱਲ੍ਹਾ ਪਿਆ ਉਹ ਲੈ ਜਾ ਦੇਖ ਗੋਰਿਆ ਤੈਨੂੰ ਕਿਹਾ ਸੀ ਨਾ ਮਜ਼ਾਕ ਨਾ ਕਰੀ ਇਸ ਉਮਰ 'ਚ ਮੇਰੇ ਤਾਂ ਚੱਲਿਆ ਨਹੀਂ ਜਾਣਾ ਸ਼ਾਬਾਸ਼ ਤੇਰੇ ਤੂੰ ਮਜ਼ਾਕ ਕਰੀ ਜਾਵੇਂ ਤੇ ਮੈਂ ਬੈਠਾ ਚੱਲੀ ਜਾਵਾਂ ਖੈਰ ਗੱਲ ਸੁਣ ਇੱਕ ਪੀਸ ਅੰਦਰ ਵੀ ਆ ਉਹ ਚੈੱਕ ਕਰ ਲਾ ਜਾ ਕੇ ਉੱਥੇ ਗੱਲ ਬੜ ਜਾ ਓਏ ਤੂੰ ਜਾ ਕੇ ਵੇਖ ਤਾਂ ਸਹੀ ਧੁਰੋ ਪਿਆ ਸੰਜੋਗ ਚੱਲ ਚੱਲ ਹਾਂ ਵੀ ਤੁਸੀਂ ਖੇਡੋ ਇੱਥੇ ਆਪਣੀ ਗੱਲ ਹੀ ਬਣਨੀ ਕੋਈ ਹੋਰ ਗਾਹਕ ਆਉਂਦੇ ਆ ਫੇਰ ਬੁਲਾਉਂਦੇ ਆ ਉਹ ਛੱਡ ਦੇ ਉਹ ਤੇਰੀ ਉਹ ਛੱਡ ਦੇ ਉਹ ਛੱਡ ਉਹ ਨੂੰ ਮਾਰਦਾ ਉਹ ਛੱਡ ਦੇ ਉਹ ਛੱਡ ਦੇ ਉਹ ਮਾਰਦਾ ਮੈਂ ਉਹ ਛੱਡ ਦੇ ਛੱਡ ਦੇ ਮਾਰਦਾ ਮੈਂ ਉਹ ਛੱਡ ਦੇ ਉਹ ਛੱਡ ਦੇ ਉਹ ਛੱਡ ਦੇ ਮਾਰਦਾ ਉਹ ਮਾਰਦਾ
ਮਰਦਾ ਬਖਤਾ ਹੋ ਰਿਹਾ ਬੈਂਦਕ ਪਹਿਲਾਂ ਤਾਂ ਕਹਿੰਦਾ ਸੀ ਮੇਰੀਆਂ ਲੱਤਾਂ ਕੰਮ ਨਹੀਂ ਕਰਦੀਆਂ ਹੁਣ ਅੰਦਰੋਂ ਬੜਾ ਪੀਟੀ ਊਸ਼ਾ ਬਣਿਆ ਹੁਣ ਦੇਖ ਦੇਖ ਮੈਂ ਗੋੜਿਆ ਮੈਂ ਤੈਨੂੰ ਮਿਹਣਾ ਕੀਤਾ ਸੀ ਮੇਰੇ ਨਾਲ ਮਜ਼ਾਕ ਨਾ ਕਰੀ ਇਸ ਉਮਰ 'ਚ ਮੇਰੇ ਤੋਂ ਚੱਲ ਚੱਲਿਆ ਨਹੀਂ ਜਾਣਾ ਉਹ ਪਰ ਹੋਇਆ ਕੀ ਉਹ ਯਾਰ ਅੰਦਰ ਤੋਂ ਖੁਸਰਾ ਹੈ ਉਹ ਫਿਰ ਕੀ ਆਈ ਹੈ ਖੁਸਰਾ ਤੂੰ ਵੀ ਤਾਂ ਰੋਟੀਆਂ ਹੀ ਸੇਕਣੀਆਂ ਨੇ ਉਹ ਲੈ ਜਾ ਫੁਲਕੇ ਬੜੇ ਰਾੜ ਕੇ ਲਾਉਂਦਾ ਨਾਲੇ ਨੱਚਣ ਤੋਂ ਪਹਿਲਾਂ ਜਿਮੀਦਾਰ ਢਾਬਾ ਤੇ ਕੰਮ ਕਰਦਾ ਰਿਹਾ ਉਹ ਮੈਂ ਸਿਰਫ ਰੋਟੀਆਂ ਨਹੀਂ ਪਕਵਾਉਣੀਆਂ ਮੈਂ ਆਪਣਾ ਵੰਸ਼ ਨਹੀਂ ਅੱਗੇ ਵਧਾਉਣਾ ਓਏ ਜਾ ਵੰਸ਼ ਅੱਗੇ ਵਧਾਉਣਾ ਸਾਲਿਆ ਵੰਸ਼ ਅੱਗੇ ਵਧਾਉਣ ਨੂੰ ਨਿਰਣੇ ਕਾਲਜੇ ਕਮਾਂਡੋ ਕੈਪਸੂਲ ਖਾਂਦਾ ਰਿਹਾ ਦੇਖ ਲੈ ਦੇਖ ਜਿਹੜੀ ਤੂੰ ਨੌਸਰ ਮੇਰੇ ਨਾਲ ਕੀਤੀ ਹੈ ਨਾ ਮੈਂ ਤੈਨੂੰ ਬਖਸ਼ਾਂਗਾ ਨਹੀਂ ਮੈਂ ਤੈਨੂੰ ਦੇਖ ਲੂੰ ਗੋਰਿਆ ਹਾਏ ਹਾਏ ਮੇਰੇ ਉਸਾਮਾ ਬਿਨ ਲਾਦੇਨ ਤੇਰੀ ਰੋਟੀਆਂ ਪੱਕਦੀ ਕਰਦਿਆਂ ਆ ਜਾ ਮੈਂ ਤੈਨੂੰ ਦੇਖੂੰਗਾ ਮੈਂ ਦੇਖ ਲੂੰ ਗੋਰਿਆ ਜਾ ਵੱਡਾ ਆਇਆ ਗੋਰੇ ਨੂੰ ਵੇਖ ਲੂੰ ਓਏ ਗੋਰਾ ਤਾਂ ਧਰਤੀ ਤੇ ਬੈਠ ਕੇ ਚੰਨ ਨੂੰ ਵੇਚ ਲਵੇ ਓਏ ਰੰਨ ਕੀ ਚੀਜ਼ ਆ ਵੱਡਾ ਆਇਆ ਸੀ ਲਾੜਾ ਰਿਸ਼ਤਾ ਲੈਣ ਆਇਆ ਸੀ ਪਜਾਮਾ ਦੇ ਕੇ ਜਾ ਰਿਹਾ ਪਿੰਡ ਭੇਜ ਕੇ ਉਹਨੂੰ ਕਾਲਜ ਬੁਲਾਇਆ ਕਦੇ ਵਾਸਤੇ ਪੁੱਛਾਂ ਤੇ ਸਹੀ ਫੈਸਲੇ ਦੀ ਇੰਨੀ ਔਖੀ ਘੜੀ 'ਚ ਉਹਨੇ ਪਾਸਾ ਕਿਉਂ ਵੱਟ ਲਿਆ ਹੁਣ ਕੀ ਫਾਇਦਾ ਪ੍ਰੀਤੀ ਫਿਰ ਵੀ ਉਹਨੂੰ ਕੁਛ ਸਵਾਲਾਂ ਦੇ ਜਵਾਬ ਤੇ ਦੇਣੇ ਹੀ ਪੈਣਗੇ ਤੂੰ ਕੁਛ ਕਹਿ ਰਹਾ ਹੁਣ ਕੁਛ ਬਚਿਆ ਤੇ ਤੂੰ ਦੱਸ ਦੇ ਪ੍ਰੀਤੀ ਰੋਲਿਆ ਪ੍ਰੀਤੀ ਕੁਛ ਅਥਰੂ ਮੇਰੀ ਵਿਦਾਈ ਤੇ ਸੁੱਟਣ ਲਈ ਬਚਾ ਕੇ ਰੱਖ ਲੈ ਪ੍ਰੀਤੀ ਇਹ ਕੀ ਬਕਵਾਸ ਕਰ ਰਹੀ ਹੈ ਤੂੰ ਕਿਹੋ ਜਿਹਾ ਮਜ਼ਾਕ ਹੈ ਗੁਲਾਬ ਦੀ ਇੰਗੇਜਮੈਂਟ ਇਹ ਹੋ ਹੀ ਨਹੀਂ ਸਕਦਾ ਕਹਦੇ ਤੂੰ ਝੂਠ ਬੋਲ ਰਹੀ ਹੈ ਕਾਸ਼ ਸ਼ਾਸੀ ਕਾਸ਼ ਇਹ ਝੂਠ ਹੁੰਦਾ ਪਰ ਮੈਂ ਆਪਣੇ ਇਹਨੇ ਟੁੱਟੜੇ ਹੱਥਾਂ ਨਾਲ ਗੁਲਾਬ ਨੂੰ ਤਿਆਰ ਕੀਤਾ ਸੀ ਉਹਦੀ ਰਿੰਗ ਸੈਰਾਮਨੀ ਲਈ ਉਹ ਜ਼ਿੰਦਾ ਲਾਸ਼ ਨੂੰ ਮੈਂ ਆਪ ਸਜਾਇਆ ਸੱਚੀ ਗੁਲਾਬ ਬਾਰੇ ਗੱਲ ਕਰਨੀ ਹੈ ਨਾ ਨਹੀਂ ਪ੍ਰੀਤੀ ਨਾਲੇ ਤੂੰ ਤਾਂ ਚੰਗੀ ਤਰ੍ਹਾਂ ਜਾਣਦੀ ਹੈ ਕਿ ਗੁਲਾਬ ਮੇਰੇ ਨਾਲ ਜ਼ਰੂਰ ਕੁਛ ਨਾ ਕੁਛ ਗਲਤ ਹੋਇਆ ਗੁਲਾਬ ਨੇ ਕਿਸ ਤਰ੍ਹਾਂ ਸਾਬੇ ਮਨ ਤੈਨੂੰ ਪੂਰਾ ਯਕੀਨ ਹੈ ਕਿ ਗੁਲਾਬ ਬਦਨਸੀਬੀ ਨਾਲ ਇਹੀ ਸੱਚ ਹੈ ਗੁਲਾਬ ਫਰਜ਼ਾਂ ਦੀ ਸੂਲੀ ਚੜਾਈ ਜਾ ਚੁੱਕੀ ਹੈ ਪਰ ਕਿਉਂ ਪ੍ਰੀਤੀ ਗੁਲਾਬ ਦੇ ਇਰਾਦੇ ਤਾਂ ਚੱਟਾਨ ਤੋਂ ਵੀ ਜ਼ਿਆਦਾ ਮਜ਼ਬੂਤ ਸੀਗੇ ਅਚਾਨਕ ਇਹ ਕੀ ਹੋ ਗਿਆ ਤੇ ਗੁਲਾਬ ਨੇ ਮੈਨੂੰ ਖਬਰ ਦੇਣੀ ਵੀ ਜ਼ਰੂਰੀ ਨਹੀਂ ਸਮਝਿਆ ਤੈਨੂੰ ਖਬਰ ਤੇਰਾ ਫੋਨ ਮਿਲਾ ਮਿਲਾ ਕੇ ਉਹਦੀ ਉਂਗਲੀਆਂ ਦੇ ਪੋਟੇ ਕੱਸ ਗਏ ਪਰ ਭੈੜਿਆ ਤੂੰ ਤੇ ਉਹਦਾ ਫੋਨ ਵੀ ਨਹੀਂ ਚੱਕਿਆ ਫੋਨ ਮੇਰਾ ਫੋਨ ਗਵਾਚ ਗਿਆ ਸੀ ਪ੍ਰੀਤੀ ਤੇ ਫਿਰ ਮੇਰੀ ਰਿਕਾਰਡਿੰਗ ਪ੍ਰੀਤੀ ਪ੍ਰੀਤੀ ਪਲੀਜ਼ ਤੂੰ ਕੁਝ ਵੀ ਕਰਕੇ ਇੱਕ ਵਾਰੀ ਮੇਰੀ ਗੁਲਾਬ ਨਾਲ ਗੱਲ ਕਰਾ ਦੇ ਤੇਰੀ ਗੁਲਾਬ ਹੁਣ ਤੇਰੀ ਨਹੀਂ ਗਈ ਰਾਜੀ ਹੁਣ ਕਿਸੇ ਹੋਰ ਦੀ ਅਮਾਨਤ ਚ ਹੋਈ ਸੋਨੇ ਦੀ ਇੱਕ ਅੰਗੂਠੀ ਪਾ ਕੇ ਜੇ ਕੋਈ ਸੋਚਦਾ ਕਿ ਉਹ ਮੇਰੀ ਗੁਲਾਬ ਮੇਰੇ ਤੋਂ ਖੋ ਲੇਗਾ ਤੇ ਮੈਂ ਹਰ ਕਿਸ ਨਹੀਂ ਹੁੰਦਾ ਵਾਂਗਾ ਰੱਤੀ ਭਰ ਦੀ ਅੰਗੂਠੀ ਇੱਕ ਚੁੱਕੀ ਸੰਦੂਰ ਤੇ ਮੰਗਲਸੂਤਰ ਦੇ ਚਾਰ ਮਨਕੇ ਔਰਤ ਲਈ ਉਹਦੀ ਜ਼ਿੰਦਗੀ ਤੇ ਮਾਇਨੇ ਬਦਲ ਦਿੰਦੇ ਨੇ ਰਾਜੀ ਕੁਝ ਵੀ ਕਰ ਪ੍ਰੀਤੀ ਮੈਨੂੰ ਇੱਕ ਵਾਰ ਮੇਰੀ ਗੁਲਾਬ ਨਾਲ ਮਿਲਾ ਦੇ ਵਿਆਹ ਤੋਂ ਪਹਿਲਾਂ ਸਾਡੇ ਦੋਵਾਂ ਦਾ ਮਿਲਣਾ ਬਹੁਤ ਜ਼ਰੂਰੀ ਹੈ ਸ਼ਾਇਦ ਉਹ ਆਪਣੇ ਸਾਹਮਣੇ ਮੈਨੂੰ ਖੜਾ ਵੇਖ ਉਹਦੀ ਦੁਨੀਆ ਨਾਲ ਲੜਨ ਦੀ ਇੱਛਾ ਸ਼ਕਤੀ ਵੱਧ ਜਾਏ ਪਲੀਜ਼ ਪ੍ਰੀਤੀ ਮੈਂ ਤੇਰਾ ਇਹ ਅਹਿਸਾਨ ਕਦੇ ਨਹੀਂ ਭੁੱਲਾਂਗਾ ਪਲੀਜ਼ ਇੱਕ ਵਾਰੀ ਮੈਨੂੰ ਗੁਲਾਬ ਨਾਲ ਮਿਲਾ ਦੇ ਪਲੀਜ਼ ਇੱਕ ਵਾਰੀ ਮੈਨੂੰ ਉਹਦੇ ਨਾਲ ਮਿਲਾ ਦੇ ਪ੍ਰੀਤੀ ਪਲੀਜ਼ ਇੱਕ ਵਾਰੀ ਮੈਨੂੰ ਉਹਦੇ ਨਾਲ ਮਿਲਾ ਦੇ Thank you.
की हो गया गुलाब? शायद तकदीर नू एहो मंजूर सी। ए तू कह रही है जिन्हें आप कदे तकदीर नू नहीं मन्या सी। तू तो हमेशा यही कहती सी ना कि इंसान अपनी तकदीर आप लिख सकता है। मैं भूल गई सी कि मैं इंसान नहीं औरत हूं। आदन तो रस्मों रिवाज ते रिश्तियां दी गुलाम, माँ बाप दी इज्जत ते भैन भरा दी जिम्मेदारी। मैं बेबस हो गई सी। पर उन्हां वादियां दा की गुलाम जेड़े तू मेरे नाल कीते सी? वो वादे पानी दी सतह ते लिखे सी, किसी पत्थर दे सीने ते नहीं। एक लहर उठी तो सब कुछ खत्म हो गया। तू मैनू बेवफा समझ के भूल जा। मैं प्यार दी बाजी इन्नी छेती नहीं हारांगा गुलाब। मेरा तेरा व्याह होवेगा त्यों भी आज। चल मेरे। मैनू एहो जी सलाह ना दे राज कि मैं सारी उम्र अपने आप तो शर्मिंदा हुंदी रवा। रात दे हनेरे विच निकली हुई कुड़ी नू दिन दी रोशनी विच लोकी ताने मार मार के मार देते ने। तेरा मेरा बस इत्थों तक ही साथ सी। मेरियां दुआवां तेरे नाल ने। तेनू बहुत वड्डा गायक बनिया होया देखना मेरा सुपना सी। वो सुपना जरूर पूरा करी राज। ते सोनी जी कुड़ी देख के व्याह कर ली ते मैनू भूल जाई। तेरा ये सपना जरूर पूरा होवेगा गुलाब। तो मेरे आखरी साह तक मैंने तेरी उड़ीक रवेगी। राजदीप दे मरदे दम तक कोई दूसरी कुड़ी गुलाब दी थां नहीं ले सकेगी। मजबूरी समझ जाएगी। मैं चलनी। एक बारी फिर सोच ले गुलाब। इस तो पहले कि अंजुआं दा हड़ सानू रोड़ के बदनामी दे समुंदर तक ले जाए। मैं विदा कर राज इस वादे नाल कि अगले जन्म आपां फिर मिलांगे। जदों रब ने मिलाया मेरी जान, जदों रब ने मिलाया मेरी जान, जिंदे आपां फेर मिलांगे। जदों रब ने मिलाया मेरी जान, आपां दोवें फेर मिलांगे। इसी जन्म से जन्म जा अगले जहां जंदे आपां फेर मिलांगे। जदों रब ने मिलाया मेरी जान जिंदे आपां फेर मिलांगे। किथे नपिए लखां ने दीवारां दस केड़ी केड़ी टपिए होनी दियां पैड़ां दस
ਕਿੱਥੇ ਕਿੱਥੇ ਨੱਪੀਏ ਰੱਬ ਲੈਂਦਾ ਏ ਹਾਲੇ ਤਾਂ ਇਮਤਿਹਾਨ ਨੀ ਰੱਬ ਲੈਂਦਾ ਏ ਹਾਲੇ ਤਾਂ ਇਮਤਿਹਾਨ ਆਪਾਂ ਦੋਵੇਂ ਫੇਰ ਮਿਲਾਂਗੇ ਇਸ ਜਨਮ ਜਾਂ ਅਗਲੇ ਜਹਾਨ ਇਸ ਜਨਮ ਜਾਂ ਅਗਲੇ ਜਹਾਨ ਜਿੰਦੇ ਆਪਾਂ ਫੇਰ ਮਿਲਾਂਗੇ ਜਦੋਂ ਰੱਬ ਨੇ ਮਿਲਾਇਆ ਮੇਰੀ ਜਾਨ ਜਿੰਦੇ ਆਪਾਂ ਫੇਰ साहब आपका रूम और ये है टीवी। आप टीवी देखना चाहते हैं मेम साहब? आप पंजाबी है ना, पंजाबी चैनल लगा देता हूँ। एक ना जो पंजाबी गायकी ते तुहाडे दिलां विच हलचल मचा रहा है, आज उस फनकार नाल तुहानू रूबरू करा के सानू हार्दिक खुशी हो रही है। सो फ्रेंड्स मिलते हैं पंजाबी गायकी दे नवे चढ़े सूरज राजदीप गिल दे नाल। तो राजदीप जी साढ़े प्रोग्राम मेल मिलाप विच तुहाडा हार्दिक स्वागत है जी। बहुत बहुत धन्यवाद। सब तो पहला साढ़े दर्शक ते तुहाडे फैंस जिन्हां विच मैं भी शामिल हाँ, ये जानना चाहते ने कि तुहाडी आवाज़ विच इन्ना सोच इन्ना दर्द क्यों है? मत पूछ मुझसे मेरे हाले दर्द का सबब, इसमें एक पर्दा नशी का भी नाम आता है। फिर भी साढ़े दर्शक ये जानना चाहते ने कि वो कौन है? सुख दिनी अख मेरी मुख देनी अथरू, ऐसा कोई वल सानू रोन दा सखा गया। सदा खुश रहे एहो ए दुआ मेरी, दुखां दी जागीर जो मेरे ना करा गे। राजदीप जी मैं ये चाहवांगी कि तुसी ये शेर साढ़े दर्शकों नू गा के सुनाओ। सुख दी नहीं अख मेरी मुख दी नहीं अथरू। तू क्यों अखा भर आई जान मेरी, किते एर विचली कुड़ी तू ता नहीं? जी मैं ते बस। ओ कोई गल नहीं, मैं ता मजाक करता सी, पर लगता है डूंगी चोट खादी लगती है इस आशिक ने किसी दे प्यार च। ਜਦੋਂ ਗਾਉਂਦਾ ਹੈ ਨਾ ਤਾਂ ਕਾਲਜੇ ਤੋਂ ਰੁੱਖ ਭਰ ਕੇ ਲੈ ਜਾਂਦਾ ਹੈ। ਰਾਜਦੀਪ ਜੀ ਤੁਸੀਂ ਆਪਣੀ ਪਹਿਲੀ ਸੀਡੀ ਆਪਾਂ ਪਰ ਆਪਾਂ ਸੁਹਾਗਰਾਤ ਵਾਲੇ ਦਿਨ ਕਿਉਂ ਕਿਸੇ ਟੁੱਟੇ ਦਿਲ ਆਸ਼ਿਕ ਦੇ ਅਫਸਾਨੇ ਸੁਣੀਏ? ਆ ਆਪਾਂ ਇਸ ਰਾਤ ਦੇ ਇੱਕ ਇੱਕ ਪਲ ਨੂੰ ਯਾਦਗਾਰ ਬਣਾਈਏ। ਜੀ ਮੈਂ ਪਲੀਜ਼। ਵਸਲ ਵਾਲੀ ਰਾਤ ਤੇ ਤੇਰਾ ਠਾਠਾ ਮਾਰਦਾ ਹੁਸਨ
ओ गुलाब दी मां। हां जी आई। ओ मेरा कोट पैंट तां कढ दे। तुसी काका जी दे नाल जा रहे हो? ओ कमाल करदी है तू। भाई ओनू दिल्ली एयरपोर्ट तक तां छड्डन जाना ही पैणा है जी। ते रस्ते च मैं गलबात भी कर लूंगा। भाई गुलाब दे पेपर कदों तक तैयार हो जाणगे ते आपां भी कदों दी तैयारी रखीए? तुसी ठीक कहने हो ते नाले ओनू कह दियो कि गुलाब साडे कालजे दा टुकड़ा है ते ओनू हमेशा संभाल के रखे ते प्यार नाल। मलाई वर्गे हथ की दे आ कौन है तू? जी मैं एक फरियादी। फरियादी? फिर बैठा क्यों खड़ा हो? मैं खड़ा ही हूं जी। खड़ा ही है? हाय मेरे रब्बा, ये किस तरह की शाय मेरे घरे घलती? किते कोई नन्ना फरिश्ता तो नहीं भेजता मैनू लैण लई? हां दस भाई किवें आया जी? लोग कहंदे आ कि तुसी बड़े कमीने हो जी। वैसे ज्यादातर लोगों का मेरे बारे यही विचार आ। ओ कहंदे आ भी तुसी बड़े घटिया किस्म दे इंसान हो। बेशक बेशक। सारा पिंड तुहाडे ते थू थू करदा। करदा भी करदा, बल्कि जदों नहीं करदा मैनू आप नू हैरानी हुंदी आ भी हुण थू थू क्यों नहीं करदा? किते सालियां दा थुक तां नहीं मुक गया? पर मेरे लई तां तुसी निरा रब दा रूप हो जी। रब दा रूप? ओ भी मैं? हां जी, इलाके दे आशकां वास्ते तुसी ब्रह्मा विष्णु महेश हो। वेखियो पतंदरा किते मार ही ना दई। इस दुनिया दियां सारियां कुड़ियां द्वारा ठुकराए, जलील कीते, आशका चढ़िया नू जनानी सुख देण वाले महादानी दानवीर साक्षात करण हो तुसी। ए मैं की वेख रहा, तुहाडियां अखां च हंजू? उरे आ। ऐ पमेरियन नस्ल दे जीबो गरीब इंसान, ए खुशी दे अथरू ने जी? किसे बेल बूटे दे कच्चे टुटे फल फ्रूट? तू पहली शय है जिन्हें मेरी तारीफ की आ। पर मैं तो तुहानू कुत्ता कमीना घटिया किस्म दा इंसान। नेवर माइंड नेवर माइंड। ऐ गिठ मुठिया बरादरी दे चेयरमैन, इनियां सिफतां करके तू मेरे दिल दे तार हिला दिते ने। आ मैं तैनू दिल दे झूले ते बिठा के हिलोरे दियां। नहीं नहीं, मैं पुंजे ही ठीक आ जी। नहीं, अज मैनू रज के लाडियां फाडियां कर लैण दे। मैनू लगदा मैं किसे गलत घर दा कुंडा खड़का बैठा। जे खड़का ही लिया हुण पूरा कोऑपरेट करना सिख। मैं तां रात दे हनेरे च तां आया सी जिथे तुसी इन्नी दीन दुनिया दा पार उतारा कीता, शायद मेरे मेचे दी वी कोई कुड़ी लभ दियो, पर इत्थे तां पेचे ही पुट्ठे पै गए। बेटे लगदा तू मैनू गलत समझ लिया जी। इस ना समझ दुनिया च तू ही तां इक समझदार इंसान जिन्हें मेरे हुनर नू पहचानिया। पिंड वाले मेरे काम नू भावें लख माड़ा कहण, थू थू करन, पर मैनू पता कि मैं गरीब गुरबियां धीआं भैणां नू लोड़वंदां दे लड़ ला के पुन्न दा काम कीता। पहला मैनू डर सी कि मेरे एडे फलाए बिजनेस नू मेथों बाद कौन संभालूगा, पर हुण अज मैं खुश हाँ, मैनू मेरा वारस मिल गया। आ तेनू मैं अपने सिंघासन ते बिठावा। ओ नहीं नहीं, मैं धरती ते ठीक हाँ। की मतलब? ओ मैं ता धरती ते बह के चन्न वेचदा, रन की चीज है। ਇਹ ਤੇਰੀਆਂ ਸੁਕਾਤਾਂ ਤੇ ਇਹ ਇੱਕ ਚਿੱਠੀ ਰਾਜਦੀਪ ਨੇ ਤੇਰੇ ਲਈ ਭੇਜੀ ਹੈ। ਗੁਲਾਬ, ਆਪਣੇ ਦੋਵਾਂ ਵਿੱਚ ਇੱਕ ਰਿਸ਼ਤਾ ਬਣਾਉਣ ਦਾ ਸੁਪਨਾ ਵੇਖਿਆ ਸੀ ਆਪਾਂ ਦੋਵਾਂ ਨੇ, ਉਹ ਤਾਂ ਪੂਰਾ ਹੋ ਨਾ ਸਕਿਆ, ਪਰ ਇੱਕ ਰਿਸ਼ਤਾ ਤਾਂ ਹਾਲੇ ਵੀ ਆਪਣੇ ਦੋਵਾਂ 'ਚ ਬਰਕਰਾਰ, ਦੋਸਤੀ ਦਾ ਰਿਸ਼ਤਾ। ਉਸ ਰਿਸ਼ਤੇ ਦੇ ਨਾਤੇ कुछ चीज़ां तेनू भेज रहा, कबूल करी। रब हमेशा तेनू खुश रखे, हमेशा तेनू हस्ती वस्ती देखन दा चाहवां, राजदीप। प्रीति, उन्हें कहे क्यों मैनू याद कर करके अपनी जिंदगी नू रो मिला रहे, ब्याह करवा के अपनी जिंदगी संवार लवे। मैनू नहीं लगता गुलाब कि उसकी जिंदगी कोई और कुड़ी आ सकती है। नहीं सच, कनेडे तो तेरे हस्बैंड का फोन आंदा है कि नहीं? मैनू तो नहीं आया, शायद डैडी नू आंदा होए। कि तैनू एक बार भी फोन नहीं किया? गल सुनो जी, जे काके ने फोन नहीं किया ਤਾਂ ਤੁਸੀਂ ਉਹਨੂੰ ਫੋਨ ਲਾ ਕੇ ਵੇਖ ਲਓ ਜਿਹੜਾ ਉਹਨੇ ਫੋਨ ਨੰਬਰ ਦਿੱਤਾ ਸੀ। ਮੈਂ ਕੀਤਾ ਸੀ ਗੁਲਾਬ ਦੀ ਮਾਂ, ਮੇਰਾ ਖਿਆਲ ਹੈ ਮੈਂ ਤੋਂ
गलत नंबर नोट हो गया है। जदों भी फोन करदा है कोई गोरा चुकदा है। पर तू फिक्र ना कर, वो अपना करनैल है ना, उहदा मुंडा कनेडा वैनकूवर है, मैं उहदी ड्यूटी लाती है, उहनूं एड्रैस देता है, वो संडे नूं उस एड्रैस ते जाके खुद पड़ताल करके सानूं खबर करूगा। जाके दोबारा काम संभालना हुंदा है, कागज़ पत्र बनाउणे पैंदे ने। जे उहदे कोल कोई तुहानूं देण नूं खबर होगी तां ही फोन करूगा ना। नहीं गल सुण, गुलाब नूं उहदा घर वाला फोन करदा हुंदा है? जी नहीं, इत्थों जाके उहने गुलाब नूं एक बार भी फोन नहीं कीता। की गल कर रही है प्रीति? हाँ देव, कनेडा जाके गुलाब दे हस्बैंड दा हले तक कोई किसी नु भी फोन नहीं आया। घर च सारे बहुत टेंस ने। गुलाब तो बहुत परेशान होवेगी। इंज लगता है देव, जे मैं उसनु जिंदगी जीण दा चा ही ना रह गया होवे। ओदियां अटकेलियां, ओदे हासे पता नहीं किथे चले गए दीप। उनु वेख के कलेजा बाहर नु आंदा है। सॉरी दीप, मैं तेरा भी मूड खराब कर दिता। नहीं नहीं प्रीति, तू चंगा किता कि मैनू दसता। चंगा फिर, बाय बाय दीप। की होया पुत्तर, सब ठीक ते है? मां, गुलाब दा हस्बैंड जदों दा व्याह करके कैनेडा वापस गया, उन्हें मुड़ के गुलाब नू फोन तक नहीं कीता। हाय रब्बा, मैनू ता डर लग रहा किते गुलाब नाल भी ओ अनहोनी ना हो जाए जिहड़ी पंजाब दियां हजारां तीआं नाल हो चुकी है। व्याह करके अमेरिका कैनेडा दे लाड़े कदे कुड़ियां दी मुड़ के सार भी नहीं लैंदे, ते कुड़ियां बूहे ते उड़ीकदियां पत्थर बन जांदियां ने। ओ गुलाब दी मां तू हाले गुलाब नाल गल ना करी, मैं विला देख के आप ओदे नाल गल करूं। मम्मी जी, डैडी जी, छेती आओ, देखो गुलाब दी नु की हो गया। कटी ती चाबी लैके आ बेटा, तेरी दीदी नूं डॉक्टर कोल लैके जाना पएगा। चल चल चल। बैठो प्लीज। घबराउण दी कोई लोड़ नहीं है, असल विच तुहाडी बेटी मां बनन वाली है। नहीं डॉक्टर, नहीं, ये नहीं हो सकता। रब मेरी बेटी नाल इतना जुल्म नहीं कर सकता। डॉक्टर, नहीं चाहिए सानू ये बच्चा, नहीं चाहिए। प्लीज बैठो। की गल, तुहाडी बेटी कुआरी मां बनन वाली है? नहीं डॉक्टर, नहीं। उहदा घर वाला उहनू छड्ड के पता नहीं कैनेडा दीआं कीहड़ियां गलियां च गवाच गया। प्लीज डॉक्टर, मैं तुहाडे अगे हाथ जोड़दा है, बच्चा करा दिओ, नहीं तो मेरी बेटी की जिंदगी बर्बाद हो जाएगी। मेरा पेशा मैनू जिंदगी बचाउण दा सबक सिखांदा है, ना कि किसी की जिंदगी लैण दा। तुसी इन्ने पढ़े लिखे होके विदेश जाण दे लालच तो ना बच सके। तिड़के शीशे जोड़ जोड़ ना साडे को मोटे सी खोटे रहने ले दिला। घड़ियां जो बीत गईयां पढ़ियां ना जांदियां, मत्थे दियां लिखियां ते पढ़ियां ना जांदियां। बन जांदियां ने झांजरां जंजीरां, किते किते बन जांदियां ने झांजरां जंजीरां किते किते। तैनू भी नहीं पता, ए मैनू भी नहीं पता,
रिश्ते दा मुल मंगदा रहा है फर्जां दी सूली उत्ते टंगदा रहा है मेरे वाला हर रिश्ते दा मुल मंगदा रहा है फर्जां दी सूली टुकड़े लिखे ने लेखा विच मेरे किन्ने दुखड़े लिखे ने दिल दे पता नहीं किन्ने टुकड़े लिखे ने लेखा विच मेरे किन्ने दुखड़े लिखे ने लेके जाने गिया सानू तकदीरा किते किते लेके ਤਕਦੀਰਾਂ ਕਿੱਥੇ ਕਿੱਥੇ ਤੈਨੂੰ ਵੀ ਨਹੀਂ ਪਤਾ ਇਹ ਮੈਨੂੰ ਵੀ ਨਹੀਂ ਪਤਾ ਇਹ ਤੈਨੂੰ ਵੀ ਨਹੀਂ ਪਤਾ ਇਹ ਮੈਨੂੰ ਵੀ ਨਹੀਂ ਪਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਤੇਰਾ ਠੀਕ ਆ ਬਾਪੂ ਠੀਕ ਹੈ ਹਾਂਜੀ ਮਾਂ ਤਕੜੀ ਆ ਹਾਂਜੀ ਹਾਂਜੀ ਤੁਸੀਂ ਮੈਨੂੰ ਪਛਾਣ ਲਿਆ ਬਾਈ ਪਛਾਣਿਆ ਤਾਂ ਨਹੀਂ ਛੋਟਿਆ ਐਵੇਂ ਝੂਠ ਬੋਲੀਏ ਮੈਂ ਜੀ ਰੁਲਦੂ ਦਾ ਮੁੰਡਾ ਓ ਰੁਲਦੂ ਦਾ ਮੁੰਡਾ ਲੈ ਫੇਰ ਤਾਂ ਆਪਣਾ ਹੀ ਨਿਕਲਿਆ ਇਹ ਭਲਾ ਰੁਲਦੂ ਕਿਨਾਂ ਕਾ ਜੀ ਰੁਲਦੂ ਰੁਲਦੂ ਬੱਕਰੀਆਂ ਵਾਲਾ ਬੱਕਰੀਆਂ ਵਾਲਾ ਰੁਲਦੂ ਹੁਣ ਯਾਦ ਆਇਆ ਆ ਗਿਆ ਜੀ ਯਾਦ ਇੰਨਾ ਵੀ ਯਾਦ ਨਹੀਂ ਆਇਆ ਯਾਰ ਆ ਤੇਰੀ ਮਾਂ ਦਾ ਨਾਂ ਕੀ ਹੈ ਭਲਾ ਮੂਰਤੀ ਮੂਰਤੀ ਰੁਲਦੂ ਕੀ ਮੂਰਤੀ ਤੈਨੂੰ ਇੱਕ ਗੱਲ ਦੱਸਾਂ ਤੇਰੇ ਹਮੇਸ਼ਾ ਜ਼ਿੰਦਗੀ 'ਚ ਕੰਮ ਆਊ ਹਾਂਜੀ ਅੱਗੇ ਤੋਂ ਜਦੋਂ ਵੀ ਕਿਸੇ ਨਾਲ ਕਦੇ ਜਾਣ ਪਛਾਣ ਕਰਾਈਏ ਹਮੇਸ਼ਾ ਪਹਿਲਾਂ ਮਸ਼ਹੂਰ ਚੀਜ਼ ਦਾ ਨਾਂ ਦੱਸੀਦਾ ਹੁਣ ਰੁਲਦੂ ਤਾਂ ਕੀ ਗਦੌੜਾ ਫੇਰਿਆ ਉਹਨੂੰ ਵਿਚਾਰੇ ਨੂੰ ਕੌਣ ਜਾਣਦਾ ਬਈ ਮੂਰਤੀ ਸੁਣਿਆ ਸਾਡੇ ਪਿੰਡ ਤਾਂ ਕੀ ਆਲੇ ਦੁਆਲੇ ਦੇ ਪਿੰਡਾਂ 'ਚ ਵੀ ਉਹਦੇ ਹੁਸਨ ਦੇ ਚਰਚੇ ਆ ਬਈ ਕਿਆ ਬਾਤ ਹੈ ਸੁਣਿਆ ਮਾਂ ਦੀ ਧੀ ਪਿੰਡੋਂ ਪਹਿਲੀ ਬੱਸ ਚਲੀ ਜਾਂਦੀ ਆ ਸ਼ਹਿਰ ਨੂੰ ਅਤੇ ਅਖੀਰਲੀ ਮੁੜਦੀ ਆ ਐਂ ਵੀ ਥੋੜ੍ਹੋ ਡੀ ਸੀ ਐਸ ਪੀ ਤੱਕ ਪਹੁੰਚ ਤੁਹਾਡੇ ਨਾਲੋਂ ਜ਼ਿਆਦਾ ਚੱਲਦੀ ਆ ਬਈ ਚੱਲਣੀ ਆ ਮਰੂਤੀ ਜੋ ਹੋਈ ਮੇਰਾ ਮਤਲਬ ਮੂਰਤੀ ਜੋ ਹੋਈ ਚੰਗਾ ਹੁਣ ਤੂੰ ਚੱਲ ਫਿਰ ਸਤਿ ਸ਼੍ਰੀ ਅਕਾਲ ਜੀ ਉਹ ਸਤਿ ਸ਼੍ਰੀ ਅਕਾਲ ਅਤੇ ਸਤਿ ਸ਼੍ਰੀ ਅਕਾਲ ਸਹੀ ਆ ਆਪਣੀ ਮਾਂ ਨੂੰ ਪਿਆਰ ਦਾ ਹੀ ਮੇਰਾ ਲੋਕਾਂ ਦੀਆਂ ਕੁੜੀਆਂ 3 ਮਹੀਨੇ ਨਹੀਂ ਪੈਂਦੇ ਭੁੱਗ ਵਸਦੀਆਂ ਨੇ ਕੈਨੇਡਾ ਜਾ ਕੇ ਇਹ ਪਤਾ ਨਹੀਂ ਕਿਹੋ ਜਿਹੇ ਮਾੜੇ ਲੇਖ ਲਿਖਾ ਕੇ ਜੰਮੀ ਹੈ ਬੈਠੀ ਹੈ ਘਰਦਿਆਂ ਦੀ ਛਾਤੀ 'ਤੇ ਮੂੰਹ ਦਿਲਣ ਨੂੰ ਤੇਰੀ ਵੀ ਤਾਂ ਗਲਤੀ ਹੈ ਅਮਰੋ ਮੁੰਡੇ ਦੀ ਚੰਗੀ ਤਰ੍ਹਾਂ ਪੁੱਛ ਪੜਤਾਲ 'ਤੇ ਕਰ ਲੈਂਦੀ ਰਿਸ਼ਤੇ ਪੁੱਛ ਪੜਤਾਲ ਕਰਕੇ ਕੀਤੇ ਜਾਂਦੇ ਨੇ ਨਿਭਣਾ ਨਿਭਾਉਣਾ ਇਹ ਸਭ ਤਕਦੀਰਾਂ ਦੇ ਖੇਲ ਹੁੰਦੇ ਨੇ ਭਾਬੀ ਜੀ ਪਤਾ ਨਹੀਂ ਕਿਹੜੇ ਚੰਦਰੇ ਦੀ ਗੁੜਤੀ ਦਿੱਤੀ ਹੋਈ ਆ ਕੁੜੀ ਨਾ ਘਰਦੀ ਰਹੀ ਨਾ ਘਾਟਦੀ ਰਹੀ ਵਾਹ 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 ਅਮਰ ਕੁਰੇ ਵਾਹ ਸਦਕੇ ਜਾਵਾਂ ਤੇਰੇ ਇਸ ਅੰਦਾਜ਼ ਤੇ ਇੰਨੀ ਛੇਤੀ ਤਾਂ ਰਾਜਨੇਤਾ ਵੀ ਰੰਗ ਨਹੀਂ ਬਦਲਦੇ ਜਿੰਨੀ ਛੇਤੀ ਤੂੰ ਰੰਗ ਬਦਲਿਆ ਮੇਰੀ ਜਾਨ ਚੌਧਰੀ ਚੌਧਰੀ ਕਿੱਥੋਂ ਦਾ ਚੌਧਰੀ ਕਿਹੜਾ ਚੌਧਰੀ ਰਾਜਗੜ੍ਹ ਸਟੇਟ ਦਾ ਮਾਲਕ ਚੌਧਰੀ ਰਣਵੀਰ ਸਿੰਘ ਅਸਮਾਨਾਂ ਦੀਆਂ ਬੁਲੰਦੀਆਂ ਤੋਂ ਜ਼ਮੀਨ ਤੇ ਆ ਕੇ ਬੈਠ ਗਿਆ ਸਿਰਫ
इस उम्मीद नाल कि शायद कदे तू मेरे प्यार की कदर करेंगे ते घर वापस आ जाएंगे। लोकां दे घर वसाउण दे ठेके लैण वालीए अपना घर तां तू वसा ना सकी, होरां दे घर किदां वसाएंगी। एक गल याद रखी अमरो, इस मासूम दा दिल तोड़ के चैन दी नींद तेनू भी नसीब नहीं होगी। अजे भी मेरे दिल विच तेरा प्यार जिउंदा है, अपना समान चुक ते इज्जत नाल मेरे पिछे पिछे आ जा ते अपना घर वसा ले। रुक जा अमरो, ना जा, इहनू ना रोक पापी। सालां दा भुल्लिया कोई घर परतना चाहे तां उहनू परत लैण दे। गुलाब, मेरे लई इक रिश्ता आया है। मेरी भैन, मैं तेनू दस नहीं सकती मैं किन्नी खुश हाँ। किन्ने साल बाद तेरी हासी सुनी है गुलाब, मेरे कान तेरी हासी सुनने लिए तरस गए सी, ते मैं ये ब्याह भी तेरे करके कराने लगी हाँ कि शायद मैं तेरिया खुशियां वापिस ले आवा। मेरिया खुशियां की मतलब? मतलब मैं तेनु किवें समझावा? ऐसा की करन जा रही है प्रीति, जेड़ा मेरे नाल अख मिलान तो भी झिझक रही है? फिर की होया जे मेरे लाड़े दी उम्र 60 साल, पर मैं कनेडा तो चली जावांगी ना। तू 60 साल दे सिर्फ कनेडा जान ले? तेरा दिमाग तो ठीक है, मेरे हाल तो तू कोई सबक नहीं सीखा। तेरा ये हाल करन वाले नु ही ते लबन जा रही हां मैं कनेडा। कनेडा च ओ कितेर भी लुकया बैठा होवे उनु एक बार लाके तेरे पैरां च जरूर लेके आवांगी। तू मेरी खातिर? प्रीति, मैं तेनु एहो जी कुर्बानी हरगिज़ नहीं देन दियांगी। हुण ते बोली लग चुकी है, लाड़े दा मुल पै चुकी है, पेशकी बीती जा चुकी है, पर 60 साल दा बुड्ढा क्यों प्रीति? क्यों अपनी सोने वर्गी जवानी नु दाग ला रही है? मैं तेरी वर्गी अमीर नहीं हां, घट पैसों च कनेडा जाना होवे तां बुड्ढे या दहाजू ही मिलदे ने भैने मेरी है। मैं तेरे अगे हाथ जोड़नियां प्रीति, तेरे पैर फड़नियां, मैं अपने दुखां दा बोझ बड़ी मुश्किल चुक रही हूँ प्रीति, तू अपने दुखां दा भार मेरे मोढ़ियां ते ना पा प्रीति, मैं टुट जावांगी, मैं टुट जावांगी। चुप कर जा मेरी ये भैने, ना तू फिकर ना कर, तू टेंशन ना ले, बस मेरे ब्याह च नचन दियां तैयारियां कर। चंगा, मैं चलदी हां। ओ मेरे रब्बा, मैं की करा? राज, गुलाब तुसी ठीक तो हो ना? राज प्लीज प्रीति नु रोक ले। राज, ओ मेरे वास्ते एक 60 साल दे बुड्ढे नाल ब्याह करन जा रही है ताकि मेरे पति नु कनाडा जाके लाभ सके, तू कुछ भी कर प्लीज, उन रोक ले। मैं हुने प्रीति नु फोन करदा, पर गुलाब तुहानू तां चंगी तरह पता प्रीति तुहाडे लई ब्याह ते की अपनी जान तक भी दे सकदी, किन्नी जिद्दी है वो, अगर उन्हें ब्याह करवाउण दी ठान लई है तां उह करा के ही रहेगी। सारक्षो आरिष्टनेमि स्वस्तिनो बृहस्पतिरधातु पहा पृथिव्याम्
पयो करेशो पयो दिगंतर्षे पयो दाहा वरुणो देवता आदित्या देवता मरुतो देवता विश्वदेवा देवता बृहस्पति देवते इंद्रो देवता वरुणो देवता फेरों के लिए खड़े हो जाइए। हरि ओम मंगलम भगवान विष्णु मंगलम गरुड़ धीर मंगलम पुंडरीकाक्ष मंगलाय स्तनो हरि शुक्लां वृंदेवं सुशिवर्णं चतुर्भुजं प्रसन्नवदनं मंगलं भगवान विष्णु मंगलं गरुड़ध्वज मंगलं पुंडरीकाक्ष मंगलाय स्तनो हरि। हरि ओम अच्युतं केशवं रामनारायणं कृष्णदामोदरं वासुदेवं जानकीनायकं रामचन्द्रं भजे अच्युतं केशवं हरो चल। ऐही हो इंस्पेक्टर साहब, ये माजरा की है। तुसी कौन हो? जिस कुड़ी का ब्याह हो रहा वो मेरी मुंह बोली पैर। मैनू बड़े अफसोस नाल तुहानू दसना पै रहा कि इस लाड़े ने तुहाडी भैन नाल जिहड़ा व्याह किया है उस तो पहलां इस कुड़ी नाल बठिंडे दे विच एक महीना पहला भी व्याह किया सी 15 लाख रुपए नकद विच। हाल करन वाले नूं इत्थे लभन जा रही हां मैं कनेडा। कनेडा च ओह किते भी लुकिया बैठा होवे ओनू एक बार लग के तेरे पैरां च जरूर लैके आवांगी। ए गुलाब कौन जी? ए तुहाडी सहेली एक तुहाडे वास्ते चिट्ठी छड गई, तुसी इहनूं पढ़ लो, बाद च ते पुलिस रिकॉर्ड च रहनी है। गुलाब मैनू माफ करी, इस तो बिना मेरे कोल होर कोई चारा नहीं सी। मेरे नाल वादा कर, जो मैं ना कर सकी वो तो जरूर करेंगी। कनेडा जाके उन्हें लग के अपने दुखा ते मेरे खून का हिसाब जरूर ले। तेरी प्रीति। राज, मैं कनाडा जाना चाहनी है। कनाडा? कनाडा की करन गुलाब? प्रीति, मेरे बच्चे ते मेरे परिवार दियां खुशियां दे दुश्मन नूं लभन, उस तो मेरी अख चो डिग के हर एक हंझू दा हिसाब लैन।
प्रीति दे खून दा हिसाब लैन। जो काम प्रीति करना चाहती सी ओ हुन मैं करांगी। गुलाब कैनेडा जाना सौखा नहीं, तेनू तो पता है कि कैनेडा का वीजा बड़ी मुश्किल नाल मिलता है। मैनू नहीं पता राज, तू कुछ भी कर, मैं कैनेडा जाना है। ठीक है गुलाब, आपा कोशिश करा। राज देखियो की लिखे है। इंटेंडेड इमिग्रेंट मतलब उन्होंने तेनू वीजा देने तो इनकार कर दिता। क्यों? क्योंकि उन्होंने शक है कि अगर तू कैनेडा गई तो वापस इंडिया नहीं आवेंगी। ज्यादा तो लोग ऐसा ही करते हैं। वापस इंडिया नहीं आवेंगी? की बकवास है, मैं हूं जाके ऑफिसर में मिलनी। गुलाब 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 सर, मैं की तरीका तोड़ा मासूमा दे जख्मा ते नमक छिड़कन ले कैनेडा गवर्नमेंट ने तुम्हें इंडिया भेजे। किसी इंसान दे इमोशंस ते दुखां नाल तुम्हें कोई वास्ता नहीं। इनकार करन तो पहले किसी दे दुखां दी दास्तान ते सुन लिया करो। Calm. Calm down, young lady. Have a glass of water. Have it. Now, you tell me, gentlemen, what's the matter? Sir, I'll narrate you the whole story. मैं ते गुलाब कॉलेज विच कट्ठे पढ़ते सी। एक दूजे नू बहुत प्यार करते सी अते व्याह करौन तो बाद खूबसूरत जिंदगी बिताउन दे सपने वेखते सी। लेकिन इहदे मां प्यो किसी भी तरह कैनेडा वसन दे लालच विच उन्होंने साडे सारे सपने चकना चूर करते ते इहदा व्याह कैनेडियन सिटीजन नाल करता। ओ मुंडा इहदे नाल व्याह करके इहनू बच्चे की माँ बना के एक बार जो कैनेडा परत्या ओ मुड़ के वापस इंडिया नहीं आया। ते गुलाब गुलाब चार साल तक उन्हें उड़ीकन तो बाद हुण आप कैनेडा जाके उन्हें लभना चाहती है। Disgusting. Canada is a big country. How will you find him? Sir, मैंने एक महीने वास्ते कैनेडा जान दियो। मैं इतने एक स्कूल टीचर हाँ, कैनेडा में वसना थी कि हुण ते मैनू कैनेडा दे ना तो भी नफरत है। मैं पंजाब दे हर माँ बाप नू एहो वास्ता पाउनी हाँ कि कैनेडा दे ना ते अपनियां धीआं दी बलि ना दिओ। पता नहीं किन्नियां मासूम कुड़ियां दी कबरगाह बन गया तुहाडा है कैनेडा। नो नो, इट्स अ ब्यूटीफुल कंट्री, यू विल सी इट योरसेल्फ। गुड लक। हे सच्चे पातशाह, मैं जिस काम लई कैनेडा जा रही हाँ मैनू अपने मकसद च कामयाबी बख्शी। सत्रीकाल। सत्रीकाल। मेरा नाम दलजीत सिंह गिल है, मैं राजदीप दा अंकल। उन्हें मैंने थोड़े आने की खबर की थी और यह भी कहा सी कि जिन्नी भी हो सके मैं थोड़ी मदद करूं। श्योर, आई विल डू इट। वेलकम टू कैनेडा। हेलो, चलो पहले आप घर चलते हैं। आर्मी चो रिटायर होने तो बाद मैं इत्थे आ गया सी। ਭਾਵੇਂ 10 साल हो गए ने मैनू रिटायर हुए, पर इस वर्दी नाल मैनू प्यार उन्ना ही है जिन्ना पहला सी। बस ऐ समझ लो ये मेरी दूजी चमड़ी है। की सोच रहे हो बेटा? मेरे कन्ना विच काउंसलर दे बोल गूंज रहे हैं। उन्होंने मैनू एक महीने का वीजा देने वेले कहा सी। Trusting you. I will issue you a visa for a month, and I expect you will return on time without overstaying illegally in Canada. Otherwise, we would lose the confidence and faith in all other innocent girls like you. पता नहीं इन्ने बड़े शहर विच वो कित्थे छुपिया बैठा होगा। ये नन्ही जी जान नाल
ਉਹਨੂੰ ਕਿਵੇਂ ਲੱਭਾਂਗੇ? ਫਿਕਰ ਨਾ ਕਰੋ ਬੇਟਾ, ਜਿਨ੍ਹਾਂ ਦੇ ਇਰਾਦੇ ਪੱਕੇ ਤੇ ਬੁਲੰਦ ਹੁੰਦੇ ਨੇ, ਮੰਜ਼ਿਲ ਆਪਣੇ ਆਪ ਉਹਨਾਂ ਦੇ ਸਾਹਮਣੇ ਆ ਕੇ ਖੜੀ ਹੋ ਜਾਂਦੀ ਹੈ। ਹੇ ਰਾਵਾਨੇ ਅਨਜਾਨ ਜਈਆਂ, ਕਿਸ ਮੋੜ ਤੇ ਸਾਨੂੰ ਲੈ ਸਾਨੂੰ ਲੈ ਆਈਆਂ। ਹੇ ਰਾਵਾਨੇ ਅਨਜਾਨ ਜਈਆਂ, ਕਿਸ ਮੋੜ ਤੇ ਸਾਨੂੰ ਲੈ ਆਈਆਂ। ਹਰ ਕਦਮ ਤੇ ਠੋਕਰ ਖਾਦੀਏ, ਸਭ ਟੁੱਟਿਆ ਟੁੱਟਿਆ ਲੱਗਦਾ ਏ। ਹੁਣ ਹੈ ਜ਼ਿੰਦਗੀ ਦੇ ਜੂਏ ਵਿੱਚ, ਸਭ ਲੁੱਟਿਆ ਲੁੱਟਿਆ ਪਰੇਸ਼ਾਨੀਆਂ। ਏ ਰਾਵਾਨੇ ਅਨਜਾਨ ਜਈਆਂ, ਕਿਸ ਮੋੜ ਤੇ ਸਾਨੂੰ ਲੈ ਆਈਆਂ। ਏ ਰਾਵਾਨੇ ਅਨਜਾਨ ਜਈਆਂ, ਕਿਸ ਮੋੜ ਤੇ ਸਾਨੂੰ ਲੈ। ਇੱਕ ਪੈਸਾ ਤੇ ਇੱਕ ਪਰਦੇਸੀ, ਇਹ ਕਿਸੇ ਦੇ ਯਾਰ ਨਾ ਹੁੰਦੇ ਨੇ। ਕਾਗਜ਼ ਦੀ ਬੇੜੀ ਨਾਲ ਦਿਲਾ ਕਦੇ ਸਾਗਰ ਪਾਰ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਬਾਹਰ ਖੜੀ ਇੱਕ ਬੀਬੀ ਅਤੇ ਉਹਦਾ ਬੱਚਾ ਜਿਹਦੇ ਹੱਥ ਵਿੱਚ ਇੱਕ ਫੋਟੋ ਵੀ ਹੈ, ਉਹ ਪੰਜਾਬ ਤੋਂ ਆਏ ਨੇ। ਇਸ ਬੀਬੀ ਦੇ ਨਾਲ ਇੱਕ ਬਹੁਤ ਹੀ ਮੰਦਭਾਗੀ ਗੱਲ ਹੋਈ ਹੈ। ਕੈਨੇਡਾ 'ਚ ਵਸੇ ਇੱਕ ਨੌਜਵਾਨ ਨੇ ਉਹਦੇ ਨਾਲ ਸ਼ਾਦੀ ਕਰਕੇ, ਉਹਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਕੇ ਕਦੇ ਵਾਪਸ ਮੂੰਹ ਨਹੀਂ ਦਿਖਾਇਆ। ਜਿਸ ਕਿਸੇ ਮਾਈ ਭਾਈ ਨੂੰ ਉਹਦਾ ਕੋਈ ਵੀ ਖੁਰਾ ਖੋਜ ਮਿਲੇ, ਉਹ ਫੌਰਨ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਹਦੀ ਸੂਚਨਾ ਦੇਣ ਅਤੇ ਉਸ ਦੁਸ਼ਟ ਦੇ ਨਾਲ ਕਿਸੇ ਕਿਸਮ ਦੀ ਕੋਈ ਵੀ ਰੋਟੀ ਬੋਟੀ ਦੀ ਸਾਂਝ ਨਾ ਰੱਖਣ, ਜਿਸ ਨੇ ਕੈਨੇਡਾ ਵਰਗੇ ਇਸ ਖੂਬਸੂਰਤ ਦੇਸ਼ ਦਾ ਨਾਂ ਬਦਨਾਮ ਕੀਤਾ ਹੈ ਅਤੇ ਆਪਣੀ ਪੰਜਾਬੀ ਕੌਮ ਦੇ ਮੱਥੇ 'ਤੇ ਕਲੰਕ ਦਾ ਟਿੱਕਾ ਲਾਇਆ। ਆਓ ਅੱਜ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਕਿ ਇਸ ਅਬਲਾ ਅਤੇ ਮਾਸੂਮ ਕੁੜੀ ਦੀ ਅਰਜ਼ ਕਬੂਲ ਹੋਵੇ।
ਅਤੇ ਉਹਦੀ ਤਲਾਸ਼ ਪੂਰੀ ਹੋਵੇ। ਬਿਗਨ ਨ ਕੋ ਡਾਗਤ ਗੁੜ ਪੈ ਅਰਦਾਸ ਬਿਗਨ ਨ ਕੋ ਡਾਗਤ ਗੁੜ ਪੈ ਅਰਦਾਸ ਰਖਵਾਲਾ ਸਿਮਰ ਸਿਮਰ ਮਨ ਤਨ ਬਸੇ ਪ੍ਰਭ ਅਗ ਅਪਾਰ ਵਿਕਨ ਨ ਕੋ ਗਾਗਤ ਗੁੜ ਪੈ ਅਰਦਾਸ ਸੁਣਿਓ ਸ਼ਕਲ ਦੇ ਕਿਸੇ ਬੰਦੇ ਨੂੰ ਨਹੀਂ ਜਾਣਦੇ ਪਲੀਜ਼ ਪਲੀਜ਼ ਮੇਰੀ ਮਦਦ ਕਰੋ ਮੈਨੂੰ ਯਕੀਨ ਹੈ ਤੁਸੀਂ ਇਹਨਾਂ ਨੂੰ ਜਾਣਦੇ ਹੋ ਮੈਂ ਤੁਹਾਡੀਆਂ ਧੀਆਂ ਵਰਗੀਆਂ ਤੁਸੀਂ ਗੁਰਦੁਆਰਾ ਸਾਹਿਬ ਖੜ੍ਹੇ ਹੋ ਝੂਠ ਨਾ ਬੋਲਿਓ ਮੈਂ ਸਾਰੀ ਉਮਰ ਤੁਹਾਨੂੰ ਦੁਆਵਾਂ ਦੇਵਾਂਗੀ ਪਲੀਜ਼ ਮੈਨੂੰ ਦੱਸੋ ਇਹ ਕਿੱਥੇ ਨੇ ਪਲੀਜ਼ ਮੈਨੂੰ ਦੱਸੋ ਮੈਂ ਕਿਹਾ ਨਾ ਮੈਨੂੰ ਕੁਛ ਨਹੀਂ ਪਤਾ ਨਹੀਂ ਨਹੀਂ ਪਲੀਜ਼ ਨਾ ਜਾਓ ਪਲੀਜ਼ ਮੇਰੀ ਮਦਦ ਕਰੋ ਪਲੀਜ਼ ਮੇਰੀ ਗੱਲ ਸੁਣੋ ਪਲੀਜ਼ ਰੁਕ ਜਾਓ ਰੁਕ ਜਾਓ Here, young lady. Good luck. Thank you. ਪਲੀਜ਼ ਮੇਰੀ ਮਦਦ ਕਰੋ ਮੈਨੂੰ ਯਕੀਨ ਹੈ ਤੁਸੀਂ ਇਹਨਾਂ ਨੂੰ ਜਾਣਦੇ ਹੋ ਮੈਂ ਤੁਹਾਡੀਆਂ ਧੀਆਂ ਵਰਗੀਆਂ ਤੁਸੀਂ ਗੁਰਦੁਆਰਾ ਸਾਹਿਬ ਖੜ੍ਹੇ ਹੋ ਝੂਠ ਨਾ ਬੋਲਿਓ ਮੈਂ ਸਾਰੀ ਉਮਰ ਤੁਹਾਨੂੰ ਦੁਆਵਾਂ ਦੇਵਾਂਗੀ ਪਲੀਜ਼ ਮੈਨੂੰ ਦੱਸੋ ਇਹ ਕਿੱਥੇ ਨੇ
फैसला कर ले। क्यों माँ क्यों? मैं बहुत सोचा थी, अपने आप नू बहुत रोकिया, पर मैं दे हंजुआ दे अगे बेबस हो गई। इदे तरले सुन के तो पत्थर तक ले जाती फाट जाता। मैं तो फिर भी एक औरत हूं, एक धी दी मां, मैं की करनी? सब कुछ मेरे नाल गुलाब, मैं बस तेनू इत्थे बुलाउणी लग्या सी। ओ ते तू मैनू इत्थे बुलाउणी लग्या सी, ते जेड़ी बदनसीब दी जिंदगी इत्थे खराब कीती है उन्हूं मेरी जगह पंजाब भेजन वाला सी। नहीं ए तां ओह शायद तू मैनू जानदा नहीं है कौन है। शायद तेरे कोल मेरी किसी भी गल का जवाब नहीं, ते मेरे कोल इस तो वधिया कोई जवाब नहीं। मेरी एक बारी गल सुन, मेरी गल सुन प्लीज गुलाब, प्लीज मेरी गल तो सुन एक मिनट, प्लीज मैंने एक मिनट बोलने का मौका था दे गुलाब, प्लीज मेरी गल सुन गुलाब प्लीज। तेनू की पता के पक्के होने लिए थे की करना पैंदा है। इन्ना बड़ा धोखा, हे रब्बा, ए पापी मेरे प्यार मेरे विश्वास नाल इन्ना बड़ा खिलवाड़ करता रहा, ते तू चुप चाप देखता रहा, क्यों रब्बा क्यों क्यों क्यों? एक ही कर रही है तू, किथे चली है? मैं किथे चली हूँ? मैं भला किथे क्यों जावांगी? मेरा अपना घर, फिर मैं अपना सामान क्यों पैक कर रही हूँ? जिस रूम जाना चाहिए वो जावे। गेट आउट, गेट आउट! की हो गया तेनू? तेरा दिमाग ठीक है? दिमाग? आज जी ता दिमाग ठीक होया,
आज सब कुछ साफ हो गया। तेरा रात में नींद विच बुड़बुड़ाना, त्रप त्रप के उठना, पागला मांग इधर उधर देखना, जिवें तेरी कोई चोरी फड़ी गई हो, जिवें तेरे पापा का बोझ तेरे जमीर तो चुकया ना जा रहा हो। आज सब कुछ साफ हो गया, सब कुछ। मैनू तो डॉक्टर ने कहा सी मैं कदे मां नहीं बन सकती, पर तू तू इन्ने सोहने बच्चे का बाप हुंदा होया भी निपुता है। साल कैनेडा विच रह के तू समझदा कि तू शैतान बन गया, तां मैं तां अपना पहला साह इस धरती ते लिया। मैं कोई ओ मासूम गुलाब नहीं जिसनू तू फड़िया सुंघिया ते चुके कूड़े दे ढेर ते सुट दिता। मैं तेरे हर जुलम दा जवाब तेरी भाषा विच देना चंगी तरह जानदी आं। छड नू लीव मी जट। हेलो हेलो मैम, हेलो मैम, हेलो, आर यू देयर? हेलो सर, आसमान तेरे वास्ते बहुत उच्चा है, ते आ जमीन तेरे वास्ते खत्म हो चुकी है। तेरी भलाई ऐसे विच है कि तू अपने आप नू पुलिस दे हवाले कर। तू कौन है? तू मेरा रास्ता क्यों रोकया? मैं इस खूबसूरत मुल्क अपनी कर्म भूमि का बशिंदा हाँ, जिसकी इज्जत नू तू तार तार कर दिता है। तू सारे कैनेडा विच रहिंदे पंजाबियों के मत्थे ते कलंक का टिक्का लाया। तू दो मासूम कुड़िया के अरमाना का खून किया है। बकवास बंद कर ते हुण जान दे मैनू। देश का दुश्मन होवे या समाज का, वतन दे सिपाही तो अज तक कोई भी बच के नहीं जा सकता। You're under arrest, sir. Anything you say can be held against you in the court of law. Please stay calm, stay calm. मैनू माफ कर दे भैन, मैं कुछ नहीं सी जानती ये इंडिया च तेरी जिंदगी बर्बाद कर चुके। मैं कुछ भी ना जानते हुए इत्थे दे पापा दी भागीदार बन, मैनू माफ कर दे भैन। नाले एक बेनती होर है, जे हुण तू इत्थे कैनेडा आई गई है तो इत्थे ही रुक जा, तेरी ते तेरे बच्चे की जिंदगी संवर जाऊगी। तेरी कैनेडा रह के किन्नी कु जिंदगी संवर गई भैने? पहले इंसान नू एक महीने के अंदर अंदर इंडिया वापस आने का वादा किया, मेरी तलाश पूरी हुई, हुण मैं चलनी आ। धीए, इहदे विच मेरी धी दे मैरिज के पेपर ने, यह दिखा के तेनू कोर्ट विचों डिवोर्स मिल जूगा। इस पापी नालों तू अपना नाम अलग करके अपनी जिंदगी वधिया तरीके नाल जीवी, मेरिया दुआवां तेरे नाल ने। भैण जी, एक अणजाण कुड़ी दे लई तुसीं अपनी धी का घर बर्बाद करके जो इंसाफ किया है उसकी मिसाल कित नहीं मिलनी। धन हो तुसीं, ए फौजी थोड़े हौसले ते जज्बे नूं सैल्यूट करदा है।
चलो बेटा एयरपोर्ट जाने का टाइम हो गया। सारे हालात अते सारे सबूत जानन तो बाद मैं गुलाबजीत कौर अते जगजीत सिंह वासी कनेडा विच तलाक दा ऐलान करता हूं। गुलाब मैनू माफ कर दे। नहीं पुआजी इंज ना करो। इस दे गुनाह माफ करन दे काबिल नहीं, पर अज जिसने तेरे तो माफी मांग के अपने वकार तो उच्चा काम करन दी कोशिश की थी। इस ना समझ नूं माफ कर दे बेटे। मैं तेरी गुनाहगार, तेनू सच्चा प्यार जां तां प्रीति ने कीता सी जां फिर उस मुंडे ने। मेरा कसूर गुलाब चाहती है अज साड़ी खुदगर्जी तेनू रोक नहीं सकेगी। दीप नाल व्याह करा ते पहली गुलाब वांग हमेशा हंसती वसती रहे। तेरे उत्ते घूम के जवान